हेलो जी, सत श्री अकाल। वेलकम टू ऑल ऑफ यू। बहुत बहुत स्वागत है तुहाडे सारिआं दा पंजाब अड्डा 24/7 ते। चलो जी, अज दा लैक्चर शुरू करदे आं। तो अज दे लैक्चर दे विच जिहड़ा अपना मेन टॉपिक रहेगा, इहदे विच आपां वाइल्डलाइफ सेंचुरी ते पंजाब दे नैशनल पार्कस करांगे। क्लीयर? तो वैसे दस देवां, पंजाब दे विच कोई भी नैशनल पार्क हैगा नहीं, तो ओबियसली आपां वाइल्डलाइफ सेंचुरी सारियां कवर करांगे पंजाब दीआं। क्लीयर? इंडिया दे विच नहीं जावांगे, पंजाब दे विच ही रहांगे। चलो जी, अगे जाण तों पहलां इक छोटी जी मैं इनफॉर्मेशन देनी आ कि 2022 ਦੇ ਵਿੱਚ ਜਿਹੜੀਆਂ ਵੈਕੈਂਸੀਜ਼ ਨਿਕਲਣ ਦੇ ਕਾਫੀ ਸਕੋਪ ਹੈਗੇ ਨੇ। ਨੈਗੇਟਿਵ ਨਾ ਹੋਵੋ, ਪੋਜ਼ਿਟਿਵ ਅਪਰੋਚ ਰੱਖੋ, ਆਪਣੀ ਤਿਆਰੀ ਕਰਦੇ ਰਹੋ ਔਰ ਆਪਣੀ ਤਿਆਰੀ ਕਰਦੇ ਕਰਦੇ ਆਪਣੇ ਆਪ ਨੂੰ ਇੰਨਾ ਕੁ ਪੱਕਾ ਕਰ ਲਓ ਕਿ ਜਦੋਂ ਵੀ ਹੁਣ ਪੇਪਰ ਹੋਵੇ ਤੁਸੀਂ ਉਹਦੇ ਵਿੱਚ ਟੋਪਰ ਹੋਵੋ। ਠੀਕ ਹੈ? ਇਸ ਚੀਜ਼ ਇਸ ਤਰ੍ਹਾਂ ਤਿਆਰੀ ਆਪਣੀ ਕਰਨੀ ਸ਼ੁਰੂ ਕਰ ਦਿਓ। ਅਤੇ ਬੈਚਿਸ, ਜਿਹੜੇ ਬੱਚੇ ਬੈਚ ਪਰਚੇਸ ਕਰਨਾ ਚਾਹੁੰਦੇ ਨੇ, ਜਿਹੜੇ ਬੱਚੇ ਪ੍ਰੈਪਰੇਸ਼ਨ ਕਰ ਰਹੇ ਨੇ ਕਿਸੇ ਕੋਆਪਰੇਟਿਵ ਸੋਸਾਇਟੀ ਇੰਸਪੈਕਟਰ ਦੀ, ਨੈਬ ਤਹਿਸੀਲਦਾਰ ਦੀ ਜਾਂ ਕਲੈਰੀਕਲ ਮੀਨਸ ਦੀ, ਪੰਜਾਬੀ ਮਾਸਟਰ ਕੈਡਰ ਦੀ, ਮੈਥ ਮਾਸਟਰ ਕੈਡਰ ਦੀ ਜਾਂ ਮਾਸਟਰ ਕੈਡਰ ਸੋਸ਼ਲ ਸਾਇੰਸ ਦੀ, ਤਾਂ Y354 ਦਾ ਕੋਡ ਤੁਸੀਂ ਅਪਲਾਈ ਕਰਕੇ ਬੈਚ ਨੂੰ ਪਰਚੇਜ਼ ਕਰ ਸਕਦੇ ਹੋ। ਠੀਕ ਹੈ? ਐਪ ਨੂੰ ਜ਼ਰੂਰ ਡਾਊਨਲੋਡ ਕਰਨਾ, ਕਿਉਂਕਿ ਐਪ ਦੇ ਵਿੱਚ ਤੁਹਾਨੂੰ ਕੁਇਜ਼ ਮਿਲਦੇ ਆ, ਐਪ ਦੇ ਵਿੱਚ ਕੁਇਜ਼, ਸਟੱਡੀ ਮਟੀਰੀਅਲ, ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਐਪ ਦੇ ਵਿੱਚ ਅਵੇਲੇਬਲ ਰਹਿੰਦੀਆਂ ਨੇ। ਹੁਣ ਪਹਿਲਾ ਕੁਸ਼ਚਨ ਚੱਲਦੇ ਹਾਂ, ਪਹਿਲਾ ਕੁਸ਼ਚਨ ਦਾ ਆਨਸਰ ਕਰਦੇ ਹਾਂ। ਤੋ ਇੱਕ ਚੀਜ਼ ਮੈਂ ਦੱਸ ਦੇਵਾਂ, ਰਾਤ ਨੂੰ ਡੇਲੀ 9 ਵਜੇ ਔਰ ਸ਼ਾਮ ਨੂੰ 5 ਵਜੇ ਜਿਹੜੀ ਆਪਣੀ ਕਲਾਸ ਹੁੰਦੀ ਆ, 9 ਵਜੇ ਮੈਥ ਦੀ ਕਲਾਸ, 5 ਵਜੇ ਜਿਹੜੀ ਕਲਾਸ ਹੁੰਦੀ GK ਦੀ ਹੁੰਦੀ ਆ। ਔਰ ਇਹ ਇੱਕ ਰੈਫਰਲ ਕੋਡ ਹੈ ਜਿਹਦੇ ਨਾਲ ਤੁਸੀਂ ਇੱਕ 78% ਦਾ ਡਿਸਕਾਊਂਟ ਹੈ ਜਿਹੜਾ ਉਹ ਲੈ ਸਕਦੇ ਹੋ। ਕਲੀਅਰ? ਚਲੋ ਜੀ, ਹੁਣ ਜਲਦੀ ਜਲਦੀ ਆਨਸਰ ਕਰਨੇ ਸ਼ੁਰੂ ਕਰ ਦਿਉ। ਅਤੇ ਹਾਊ ਮੈਨੀ ਨੈਸ਼ਨਲ ਪਾਰਕਸ ਆਰ ਦੇਅਰ ਇਨ ਦਾ ਪੰਜਾਬ? ਲੈਕਚਰ ਸ਼ੁਰੂ ਹੋਣ ਦੇ ਸਟਾਰਟ ਦੇ ਵਿੱਚ ਹੀ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਕੋਈ ਵੀ ਨੈਸ਼ਨਲ ਪਾਰਕ ਨਹੀਂ ਹੈ। ਇਸ ਕਰਕੇ ਆਨਸਰ ਕੀ ਆਪਣੇ ਕੋਲ? ਡੀ, ਦੇਅਰ ਇਜ਼ ਨੋ ਨੈਸ਼ਨਲ ਪਾਰਕ ਇਨ ਪੰਜਾਬ। ਨੋ ਨੈਸ਼ਨਲ ਪਾਰਕ ਇਨ ਪੰਜਾਬ, ਪੰਜਾਬ ਦੇ ਵਿੱਚ ਕੋਈ ਵੀ ਨੈਸ਼ਨਲ ਪਾਰਕ ਨਹੀਂ ਹੈਗਾ। ਅਗਲੇ ਕੁਸ਼ਚਨ 'ਤੇ ਚੱਲਦੇ ਹਾਂ। ਹਾਊ ਮੈਨੀ ਵਾਈਲਡਲਾਈਫ ਸੈਂਚੁਰੀਜ਼ ਆਰ ਦੇਅਰ ਇਨ ਪੰਜਾਬ? ਹਾਊ ਮੈਨੀ ਵਾਈਲਡਲਾਈਫ ਸੈਂਚੁਰੀਜ਼ ਆਰ ਦੇਅਰ ਇਨ ਪੰਜਾਬ? ਪੰਜਾਬ ਦੇ ਵਿੱਚ ਟੋਟਲ ਕਿੰਨੀਆਂ ਵਾਈਲਡ ਲਾਈਫ ਸੈਂਚੁਰੀਜ਼ ਨੇ? ਤੋ ਪੰਜਾਬ ਦੇ ਵਿੱਚ 11, 13, 12 ਕਿ 10? ਇਹਦਾ ਆਪਸ਼ਨ ਦਾ ਆਨਸਰ ਦੇਣਾ ਹੁਣ ਤੁਸੀਂ, ਇਹਦਾ ਆਪਸ਼ਨ ਦਾ ਆਨਸਰ ਤੁਹਾਡੇ ਕੋਲ ਚਾਹੀਦਾ ਜੀ। ਆਨਸਰ ਇਹਦਾ ਗੁਰੀ, ਕੁਲਦੀਪ, ਅਰਸ਼ਦੀਪ, ਜਿਹੜੇ ਵੀ ਬੱਚੇ ਦੇਖ ਰਹੇ ਨੇ ਇਹਦਾ ਆਨਸਰ ਜ਼ਰੂਰ ਦੇਣਾ। ਚਲੋ, ਨਹੀਂ ਆਇਆ ਹਾਲੇ ਤੱਕ ਆਨਸਰ। ਤਾਂ ਟੋਟਲ ਆਪਣੇ ਕੋਲ ਹੈਗੀਆਂ ਜੀ 13 ਵਾਈਲਡਲਾਈਫ ਸੈਂਚੁਰੀਜ਼, ਟੋਟਲ 13 ਆਪਣੇ ਕੋਲ ਵਾਈਲਡਲਾਈਫ ਸੈਂਚੁਰੀਜ਼ ਨੇ ਜਿਹਦੇ 'ਤੇ ਅੱਜ ਆਪਾਂ ਜਿਹੜੀਆਂ ਡਿਟੇਲ ਦੇ ਵਿੱਚ ਡਿਸਕਸ਼ਨ ਜਿਹੜੀਆਂ ਆਪਾਂ ਕਰਾਂਗੇ। ਹਾਂ, ਇਹ 5 ਵਜੇ ਵਾਲੀ ਕਲਾਸ ਹੈ, 5 ਵਜੇ ਕਲਾਸ ਦੇ ਵਿੱਚ ਥੋੜ੍ਹੀ ਦਿੱਕਤ ਆ ਗਈ ਸੀ ਜਿਹਦੇ ਕਰਕੇ ਉੱਥੇ ਚੱਲੀ ਨਹੀਂ ਸੀਗੀ, ਇਸ ਕਰਕੇ ਇਹ ਅੱਜ ਰਾਤ 10 ਵਜੇ ਕਲਾਸ ਜਿਹੜੀ ਚਲਾ ਰਹੇ ਹਾਂ। ਪਹਿਲਾ ਕੁਸ਼ਚਨ 'ਤੇ ਚੱਲਦੇ ਹਾਂ। ਠੀਕ ਹੈ? ਫਸਟ ਕੁਸ਼ਚਨ ਆਪਣੇ ਕੋਲ ਕੀ ਹੈ ਕਿ ਬੀਰ ਚਹਿਲ ਵਾਈਲਡਲਾਈਫ ਸੈਂਚੁਰੀ ਕਿੱਥੇ ਲੋਕੇਟਿਡ ਹੈ? ਬੀਰ ਚਹਿਲ ਵਾਈਲਡਲਾਈਫ ਸੈਂਚੁਰੀ ਕਿੱਥੇ ਆ? ਆਪਸ਼ਨਸ ਆਪਣੇ ਕੋਲ ਹੈਗੀਆਂ ਫਿਰੋਜ਼ਪੁਰ, ਠੀਕ ਹੈ, ਹੁਸ਼ਿਆਰਪੁਰ, ਸੰਗਰੂਰ ਅਤੇ ਮਾਨਸਾ। ਠੀਕ ਹੈ? ਆਪਸ਼ਨਸ ਆਪਣੇ ਕੋਲ ਕਿਹੜੀਆਂ? ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਸੰਗਰੂਰ ਅਤੇ ਮਾਨਸਾ। ਤੋਂ ਜਲਦੀ ਜਲਦੀ ਆਨਸਰ ਕਰਨਾ, ਜਿਹੜੇ ਵੀ ਬੱਚੇ ਹੈਗੇ ਨੇ ਜਲਦੀ ਜਲਦੀ ਆਨਸਰ ਕਰ ਦੇਣਾ ਸਾਰਿਆਂ ਨੇ। ਓਕੇ, ਤਾਂ ਵਾਈਲਡਲਾਈਫ ਸੈਂਚੁਰੀ ਕਾਫੀ ਜ਼ਿਆਦਾ ਇੰਪੋਰਟੈਂਟ ਜਿਹੜਾ ਆਪਣਾ ਟੋਪਿਕ ਜਿਹੜਾ ਰਹਿੰਦਾ, ਸਾਰੀਆਂ ਵਾਈਲਡਲਾਈਫ ਸੈਂਚੁਰੀਜ਼ ਕਰਾਂਗੇ। ਇਹਦੇ ਨਾਲ ਅੱਜ ਆਪਾਂ ਕਮਿਊਨਿਟੀ ਰਿਜ਼ਰਵ ਅਤੇ ਕੰਜ਼ਰਵੇਟਿਵ ਰਿਜ਼ਰਵਸ ਜਿਹੜੇ ਹੈਗੇ ਜਿਹੜੇ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਟੋਟਲ 13 ਇਹਦੇ। ਪਿਛਲਾ ਕੁਸ਼ਚਨ ਹੋ ਗਿਆ ਜੀ, ਇਹਦਾ ਆਨਸਰ ਕੋਈ ਦੇ ਸਕਦਾ? ਇਹਦਾ ਆਨਸਰ ਹੈਗਾ ਜੀ ਮਾਨਸਾ। ਮਾਨਸਾ ਦੇ ਵਿੱਚ ਹੈਗੀ ਹੈ ਬੀਰ ਚਹਿਲ ਵਾਈਲਡਲਾਈਫ ਸੈਂਚੁਰੀ, ਔਰ ਮਾਨਸਾ ਦਾ ਵੈਟਲੈਂਡ ਵੀ ਕੱਲ੍ਹ ਮੈਂ ਤੁਹਾਨੂੰ ਕਰਵਾਇਆ ਸੀ, ਬਰੇਟਾ ਵੈਟਲੈਂਡ। ਠੀਕ ਹੈ? ਬਰੇਟਾ ਵੈਟਲੈਂਡ ਸੀਗਾ, ਔਰ ਮਾਨਸਾ ਜਿਹੜੀ ਵਾਈਲਡਲਾਈਫ ਸੈਂਚੁਰੀ ਕਿਹੜੀ ਹੈ? ਬੀਰ ਚਹਿਲ ਵਾਈਲਡਲਾਈਫ ਸੈਂਚੁਰੀ। ਠੀਕ ਹੈ, ਦੈਟਸ ਇਟ। ਓਕੇ, ਵਾਈਲਡਲਾਈਫ ਸੈਂਚੁਰੀ ਜਿਹੜੀ ਹੁੰਦੀ ਆ ਉਹ ਇੱਕ ਪ੍ਰੋਟੈਕਟਿਡ ਏਰੀਆ ਹੁੰਦੀ ਆ। ਵਾਈਲਡਲਾਈਫ ਸੈਂਚੁਰੀ ਨੂੰ ਆਪਾਂ ਕਿਸ ਤਰ੍ਹਾਂ ਸਮਝਾਂਗੇ? ਇੱਕ ਪ੍ਰੋਟੈਕਟਿਡ ਏਰੀਆ। ਕਲੀਅਰ? ਵਾਈਲਡਲਾਈਫ ਸੈਂਚੁਰੀ ਇੱਕ ਪ੍ਰੋਟੈਕਟਿਡ ਏਰੀਆ ਹੁੰਦੀ ਹੈ। ਨੈਕਸਟ ਕੁਸ਼ਚਨ 'ਤੇ ਚੱਲਦੇ ਹਾਂ। ਆਹ ਕੁਸ਼ਚਨ ਬੜਾ ਇੰਟਰਸਟਿੰਗ ਹੈ। ਪੰਜਾਬ ਫੋਰੈਸਟ ਡਿਪਾਰਟਮੈਂਟ ਨੇ ਇੱਕ ਬਹੁਤ ਹੀ ਵਧੀਆ, ਬੜਾ ਪਿਆਰਾ ਜਿਹਾ ਇੱਕ ਫੋਰੈਸਟ ਕੰਪਲੈਕਸ ਹੈ ਜਿਹੜਾ ਬਿਲਟ ਕੀਤਾ, ਬੜੀ ਸ਼ਾਨਦਾਰ ਬਿਲਡਿੰਗ ਬਣਾਈ ਹੈ ਪੰਜਾਬ ਫੋਰੈਸਟ ਡਿਪਾਰਟਮੈਂਟ ਨੇ। ਤੋ ਇਹ ਜਿਹੜੀ ਬਿਲਡਿੰਗ ਇਹ ਬਣ ਗਈ ਹੈੱਡਕੁਆਟਰ, ਪੰਜਾਬ ਫੋਰੈਸਟ ਦਾ ਹੈੱਡਕੁਆਟਰ। ਤੋ ਇਹ ਹੈੱਡਕੁਆਟਰ ਕਿੱਥੇ ਹੈ ਜੀ? ਦੇਖੋ ਜੀ, ਅੰਮ੍ਰਿਤਸਰ ਤਾਂ ਹੋ ਨਹੀਂ ਸਕਦਾ, ਹੁਸ਼ਿਆਰਪੁਰ ਹੋ ਨਹੀਂ ਸਕਦਾ, ਬੱਚੇ ਜਿਹੜੇ ਕਨਫਿਊਜ਼ ਰਹਿਣਗੇ ਚੰਡੀਗੜ੍ਹ ਅਤੇ ਮੋਹਾਲੀ ਦੇ ਵਿੱਚ, ਤਾਂ ਉਹਦੀ ਕਨਫਿਊਜ਼ਨ ਦੂਰ ਕਰਨ ਲਈ ਮੈਂ ਦੱਸ ਦੇਵਾਂ ਕਿ ਆਨਸਰ ਇਹਦਾ ਮੋਹਾਲੀ ਆ, ਮੋਹਾਲੀ ਆਨਸਰ ਆ। ਬਟ ਪੰਜਾਬ ਦੇ ਜੇ ਆਪਾਂ ਫੋਰੈਸਟ ਏਰੀਆ ਦੀ ਗੱਲ ਕਰੀਏ ਨਾ, ਪੰਜਾਬ ਦੇ ਵਿੱਚ ਨੰਬਰ 1 'ਤੇ ਜਿਹੜਾ ਡਿਸਟ੍ਰਿਕ ਹੈਗਾ ਫੋਰੈਸਟ ਕਵਰ ਦੇ ਵਿੱਚ, ਉਹ ਆਪਣਾ ਹੁਸ਼ਿਆਰਪੁਰ ਆ। ਹੁਸ਼ਿਆਰਪੁਰ ਦੇ ਵਿੱਚ ਸਾਰਿਆਂ ਨਾਲੋਂ ਵੱਧ ਫੋਰੈਸਟ ਆ। ਕਲੀਅਰ?
ਤੋ ਇੱਥੇ ਆਨਸਰ ਆਪਣਾ ਜਿਹੜਾ ਆਨਸਰ ਕਿ ਮੋਹਾਲੀ। ਅਗਲੇ ਕੁਐਸਚਨ ਤੇ ਚੱਲਦੇ ਆ। ਆਹ ਕੁਐਸਚਨ ਤਾਂ ਮੈਂ ਕਹਾਂਗਾ ਬਹੁਤ ਹੀ ਜ਼ਿਆਦਾ ਕੁਐਸਚਨ, ਆਹ ਕੁਐਸਚਨ ਦੇ ਅੱਗੇ ਅੱਗੇ ਦੌੜੀ ਜਾਂਦੇ ਨੇ ਆਨਸਰ। ਅੱਜ ਮੈਂ ਆਨਸਰ ਤਾਂ ਦੇ ਵਿੱਚ ਪਾਏ ਹੀ ਨਹੀਂ, ਅੱਗੇ ਅੱਗੇ ਦੌੜਦੇ ਸੀ ਨਾ ਇਹ, ਤੋ ਚੀਟਿੰਗ ਵੱਜ ਜਾਂਦੀ ਸੀ, ਇਸ ਕਰਕੇ ਆਨਸਰ ਨਹੀਂ ਪਾਏ ਅੱਜ ਆਪਾਂ ਨੇ। ਚਲੋ ਅਗਲੇ ਕੁਐਸਚਨ ਤੇ ਚੱਲਦੇ ਹਾਂ। ਇਹ ਕੁਐਸਚਨ ਕੀ ਹੈ ਕਿ ਦੇਖੋ, ਜਦੋਂ ਵੀ ਵਾਈਲਡ ਲਾਈਫ ਸੈਂਚਰੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਇੱਕ ਜਿਹੜਾ ਐਕਟ ਹੈ ਉਹ ਤਿਆਰ ਕੀਤਾ ਗਿਆ, ਠੀਕ ਹੈ, ਵਾਈਲਡ ਲਾਈਫ ਸੈਂਚਰੀ ਐਕਟ, ਜਿਹੜਾ ਕਿ ਵਾਈਲਡ ਲਾਈਫ ਨੂੰ ਕੀ ਕਰਦਾ, ਪ੍ਰੋਟੈਕਟ ਕਰਦਾ, ਉਹਦੀ ਪ੍ਰੋਟੈਕਸ਼ਨ ਵਾਸਤੇ ਐਕਟ ਬਣਾਇਆ ਗਿਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵਾਈਲਡ ਲਾਈਫ ਸੈਂਚਰੀ, ਠੀਕ ਹੈ, ਸੋਰੀ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ, ਠੀਕ ਹੈ। ਤਾਂ ਚਲੋ ਜੀ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਕਿਹੜੇ ਸੰਨ ਦੇ ਵਿੱਚ ਜਿਹੜਾ ਪਾਸ ਕੀਤਾ ਗਿਆ, ਕਦੋਂ ਇਹ ਬਣਿਆ। ਪੰਜਾਬ ਦਾ ਟੋਟਲ 6.1% ਜਿਹੜਾ ਫੋਰੈਸਟ ਕਵਰ ਏਰੀਆ ਹੈਗਾ ਜੀ, ਟੋਟਲ ਆਪਣਾ ਲਗਾ ਲਈਏ ਉਹਦਾ 6.1% ਜਿਹੜਾ ਫੋਰੈਸਟ ਏਰੀਆ ਹੈਗਾ, ਓਕੇ, ਠੀਕ ਹੈ। ਚਲੋ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਬਹੁਤ ਇੰਪੋਰਟੈਂਟ ਕੁਐਸਚਨ ਸੀਗਾ, ਬੱਚਿਆਂ ਨੇ ਆਨਸਰ ਦਿੱਤਾ ਨਹੀਂ, ਦੇਣਾ ਚਾਹੀਦਾ ਸੀਗਾ, ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ। ਤੋ 1972 ਜਿਹੜਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਹੈ, ਉਹਦੇ ਅਕੋਰਡਿੰਗਲੀ ਹੀ ਜਿਹੜੀ ਸਟੇਟ ਹੈ ਉਹ ਵਾਈਲਡ ਲਾਈਫ ਦੀ ਪ੍ਰੋਟੈਕਸ਼ਨ ਨੂੰ ਜਿਹੜਾ ਰਨ ਕਰਦੀ ਹੈ। 1972 ਆਨਸਰ, ਸਾਰਿਆਂ ਨੂੰ ਪਹਿਲਾਂ ਆਨਸਰ ਜਿਹੜਾ ਦਵਿੰਦਰ ਪਾਲ ਨੇ ਦਿੱਤਾ ਸੀ, ਵੈਰੀ ਗੁੱਡ। ਤੋ 1972 ਯਾਦ ਰੱਖਿਓ, ਇਹ ਕੁਐਸਚਨ ਬੜੀ ਵਾਰੀ ਬੜੀ ਜਗ੍ਹਾ ਤੁਹਾਨੂੰ ਦੇਖਣ ਨੂੰ ਮਿਲੇਗਾ। ਹੁਣ ਚੱਲਦੇ ਹਾਂ ਆਪਾਂ ਗਾਹਾਂ, ਠੀਕ ਹੈ, ਅਗਲੇ ਚੱਲਦੇ ਹਾਂ ਜੀ। ਬੀਰ ਮੋਤੀ ਵਾਈਲਡ ਲਾਈਫ ਸੈਂਚਰੀ, ਬੀਰ ਮੋਤੀ ਬਾਗ ਵਾਈਲਡ ਲਾਈਫ ਸੈਂਚਰੀ ਕਿੱਥੇ ਹੈ, ਵੇਅਰ ਇਜ਼ ਦਾ ਬੀਰ ਮੋਤੀ ਬਾਗ ਵਾਈਲਡ ਲਾਈਫ ਸੈਂਚਰੀ ਇਜ਼ ਲੋਕੇਟਿਡ। ਆਪਸ਼ਨਸ ਆਪਣੇ ਕੋਲ ਹੈਗੀਆਂ ਮੋਗਾ, ਬਠਿੰਡਾ, ਪਟਿਆਲਾ ਅਤੇ ਸੰਗਰੂਰ। ਮੋਗਾ, ਬਠਿੰਡਾ, ਪਟਿਆਲਾ ਅਤੇ ਸੰਗਰੂਰ, ਹਾਂਜੀ, ਕੀ ਆਨਸਰ ਆਊਗਾ ਜੀ। ਤੋ ਬੀਰ ਮੋਤੀ ਬਾਗ, ਇਹਨੂੰ ਤਾਂ ਯਾਦ ਕਰਨਾ ਬੜਾ ਸੌਖਾ ਹੋ ਜਾਊਗਾ, ਹੈ ਨਾ, ਮੋਤੀ ਪੈਲਸ ਤੋਂ, ਮੋਤੀ ਪੈਲਸ ਤੋਂ ਮੋਤੀ ਬਾਗ ਯਾਦ ਕਰਨਾ ਬੜਾ ਸੌਖਾ ਹੋ ਜਾਊਗਾ, ਯਾਨੀ ਆਪਣਾ ਆਨਸਰ ਆਜੂਗਾ ਕਿ ਪਟਿਆਲਾ। ਆ ਗਿਆ ਸਭ ਦਾ ਪਟਿਆਲਾ। ਹੁਣ ਥੋੜ੍ਹੀ ਜਿਹੀ ਤਾਂ ਡਿਸਕਸ਼ਨ ਕਰ ਲਈਏ, ਆ ਥੋੜ੍ਹੀ ਜਿਹੀ ਡਿਸਕਸ਼ਨ ਕਰਦੇ ਹਾਂ, ਠੀਕ ਹੈ। ਤੋ ਦੇਖੋ, ਇਹਦੇ ਵਿੱਚੋਂ ਜਿਹੜੀ ਚੀਜ਼ ਯਾਦ ਰੱਖਣੀ ਆ ਉਹ ਮੈਂ ਤੁਹਾਨੂੰ ਦੱਸ ਦੂੰਗਾ, ਬਟ ਇਹਦੇ ਫਿਲਹਾਲ ਦੀ ਘੜੀ ਗੱਲ ਕਰੀਏ, ਸਿਰਫ ਤੁਹਾਨੂੰ ਇਹ ਪਤਾ ਹੋਣੀ ਚਾਹੀਦੀ ਹੈ ਬੀਰ ਮੋਤੀ ਮਹਿਲ ਜਿਹੜੀ ਵਾਈਲਡ ਲਾਈਫ ਸੈਂਚਰੀ ਆ ਮੋਤੀ ਬਾਗ ਪਟਿਆਲੇ ਦੇ ਵਿੱਚ ਆ, ਉੱਥੋਂ ਦੀ ਤੁਸੀਂ ਯਾਦ ਰੱਖ ਲਿਓ, ਦੈਟਸ ਇਟ, ਕਲੀਅਰ। ਹੁਣ ਇਸ ਸੈਂਚਰੀ ਦੀ ਗੱਲ ਕਰਦੇ ਹਾਂ, ਪਟਿਆਲੇ ਤੋਂ ਇਹ ਜਸਟ 5 ਕਿਲੋਮੀਟਰ ਦੂਰ ਆ, ਜਿਹੜੀ ਕਿ ਪਟਿਆਲਾ ਅਤੇ ਡਕਾਲਾ ਰੋਡ 'ਤੇ ਪੈ ਜਾਂਦਾ, ਪਟਿਆਲਾ ਅਤੇ ਡਕਾਲਾ, ਠੀਕ ਹੈ, ਪਟਿਆਲਾ ਅਤੇ ਡਕਾਲਾ ਰੋਡ 'ਤੇ ਪੈ ਜਾਂਦਾ, ਔਰ ਇਹ 654 ਹੈਕਟੇਅਰ ਆ, 654 ਹੈਕਟੇਅਰ, ਪੰਜਾਬ ਦੀ ਸਾਰਿਆਂ ਨਾਲੋਂ ਵੱਡੀ ਜੇ ਵਾਈਲਡ ਲਾਈਫ ਸੈਂਚਰੀ ਦੀ ਗੱਲ ਕਰੀਏ ਉਹ ਹੈਗੀ ਹੈ ਹਰੀਕੇ ਪੱਤਨ ਵਾਲੀ। ਹਰੀਕੇ ਪੱਤਨ ਵਾਈਲਡ ਲਾਈਫ ਸੈਂਚਰੀ ਪੰਜਾਬ ਦੀ ਸਾਰਿਆਂ ਨਾਲੋਂ ਵੱਡੀ ਵਾਈਲਡ ਲਾਈਫ ਸੈਂਚਰੀ, ਜਿਹੜੀ ਕਿ 8600 ਹੈਕਟੇਅਰ ਹੈਗੀ ਹੈ, 86 ਹੈਕਟੇਅਰ ਦਾ ਮਤਲਬ ਹੋ ਗਿਆ ਤਕਰੀਬਨ 86 ਕਿਲੋਮੀਟਰ ਸਕੇਅਰ, ਠੀਕ ਹੈ, ਤਾਂ ਇਹਦੇ ਵਿੱਚ ਹੋ ਗਿਆ ਤਕਰੀਬਨ 6.5 ਕਿਲੋਮੀਟਰ ਸਕੇਅਰ, ਕਲੀਅਰ। ਤੋ ਇਹਦੇ ਵਿੱਚ ਦੇਖੋ, ਆਪਣਾ ਜਿਹੜਾ ਨੈਸ਼ਨਲ, ਸੋਰੀ ਨੋਟ ਨੈਸ਼ਨਲ, ਸਟੇਟ ਬਰਡ ਜਿਹੜਾ ਆਪਣਾ, ਸਟੇਟ ਐਨੀਮਲ, ਨੋਟ ਬਰਡ, ਸਟੇਟ ਐਨੀਮਲ ਜਿਹੜਾ ਆਪਣਾ ਹੈਗਾ ਉਹ ਹੈਗਾ ਜੀ ਬਲੈਕ ਬਕ। ਬਲੈਕ ਬਕ ਵਾਸਤੇ 2 ਵਾਈਲਡ ਲਾਈਫ ਸੈਂਚਰੀਆਂ ਬਹੁਤ ਜ਼ਿਆਦਾ ਮਸ਼ਹੂਰ ਨੇ, ਯਾਦ ਰੱਖਿਓ, ਆਪਣਾ ਸਟੇਟ ਐਨੀਮਲ ਹੈਗਾ ਬਲੈਕ ਬਕ, ਔਰ ਇਹਦੇ ਵਾਸਤੇ 2 ਵਾਈਲਡ ਲਾਈਫ ਸੈਂਚਰੀ, ਇੱਕ ਹੈਗੀ ਅਬੋਹਰ ਵਾਈਲਡ ਲਾਈਫ ਸੈਂਚਰੀ ਜਿੱਥੇ ਕਿ ਆਪਣਾ ਸਟੇਟ ਐਨੀਮਲ ਬਲੈਕ ਬਕ ਹੈ ਜਿਹੜਾ ਉਹਨੂੰ ਰੱਖਿਆ ਜਾਂਦਾ ਹੈ, ਦੂਸਰੀ ਆਪਣੀ ਇਹ ਮੋਤੀ ਬਾਗ। ਬਟ ਜ਼ਿਆਦਾ ਆਨਸਰ ਆਪਣਾ ਅਬੋਹਰ ਵਾਲੀ 'ਚ ਰਹਿੰਦਾ ਹੈ, ਇਹਦੇ ਵਿੱਚ ਮੋਤੀ ਬਾਗ ਵਾਲੀ 'ਚ ਘੱਟ ਰਹਿੰਦਾ, ਕਿਉਂ, ਕਿਉਂਕਿ ਜ਼ਿਆਦਾ ਨੰਬਰ ਆਫ ਬਲੈਕ ਬਕ ਹੈ ਜਿਹੜੇ ਉਹ ਅਬੋਹਰ ਪ੍ਰੈਜੈਂਟ ਹੈ। ਇਹਦੇ ਇਲਾਵਾ ਬਲੈਕ ਬਕ ਵੀ ਇੱਥੇ ਹੈਗਾ, ਚੀਤਲ, ਡੀਅਰ, ਬਲਿਊ ਬੁੱਲ, ਠੀਕ ਹੈ, ਵਾਈਲਡ ਬੋਰ, ਸਾਰੇ ਇੱਥੇ ਇਹ ਜਾਨਵਰ ਹੈਗੇ ਨੇ, ਕਲੀਅਰ, ਇਹ ਸਾਰੇ ਇੱਥੇ ਜਾਨਵਰ ਹੈਗੇ ਨੇ, ਦੈਟਸ ਇਟ, ਓਕੇ। ਤੋ ਇਹਦੇ ਵਿੱਚ ਆਪਾਂ ਹੋਰ ਕੁਛ ਵੀ ਇਹਦੇ ਵਿੱਚ ਨਹੀਂ ਰੱਖਣਾ। ਚਲੋ ਜੀ, ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਅਗਲਾ ਕੁਐਸਚਨ ਹੈ ਬੀਰ ਗੁਰਦਿਆਲਪੁਰਾ, ਬੀਰ ਗੁਰਦਿਆਲਪੁਰਾ ਵਾਈਲਡ ਲਾਈਫ ਸੈਂਚਰੀ ਕਿੱਥੇ ਆ, ਬੀਰ ਗੁਰਦਿਆਲਪੁਰਾ ਵਾਈਲਡ ਲਾਈਫ ਸੈਂਚਰੀ ਕਿੱਥੇ ਆ। ਤੋ ਆਪਸ਼ਨਸ ਜਿਹੜੀਆਂ ਆਪਣੇ ਕੋਲ, ਮੋਗਾ, ਬਠਿੰਡਾ, ਪਟਿਆਲਾ ਅਤੇ ਸੰਗਰੂਰ ਆਪਣੇ ਕੋਲ ਆਪਸ਼ਨਸ ਹੈਗੀਆਂ ਨੇ। ਹੁਣ ਆਨਸਰ ਇਹ ਦੇਖਣਾ ਕਿ ਇਹਦਾ ਆਨਸਰ ਦਿੰਦਾ ਕੌਣ ਆ, ਗੁਰਦਿਆਲਪੁਰਾ ਕਿੱਥੇ ਆ ਜੀ, ਗੁਰਦਿਆਲਪੁਰਾ ਕਿੱਥੇ ਆ, ਗੁਰਦਿਆਲਪੁਰਾ ਵਾਈਲਡ ਲਾਈਫ ਸੈਂਚਰੀ ਇਹ ਪੈ ਜਾਂਦਾ ਜੀ ਸਮਾਣਾ ਅਤੇ ਪਟਿਆਲਾ, ਸਮਾਣਾ ਅਤੇ ਰੋਡ 'ਤੇ ਪੈ ਜਾਂਦਾ, ਯਾਨੀ ਕਿ ਜੇ ਆਪਾਂ ਡਿਸਟ੍ਰਿਕਟ ਦੀ ਗੱਲ ਕਰੀਏ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਹੀ ਆ, ਕਲੀਅਰ।
तो गुरदयालपुरा यदा आंसर भी पटियाला ही है, थोड़ी जी ये डिस्कशन कर लें। वीर गुरदयालपुरा वाइल्डलाइफ सेंचुरी जी हैगी पटियाले दे विच आ, ठीक है। वह पटियाले तो कोई 5 किलोमीटर दूर सी, यह पटियाले तो कोई 45 किलोमीटर दूर आ, ठीक है। तो कहें जी पटियाला समाना तो जी छतराना रोड है उत्थे ये पै जाती है, ठीक है। दैट्स इट। और ये देखो तुहानू इत्थे ब्लैक बक नहीं मिलेगा, बट इत्थे तुहानू मोंकी, पीफाउल, ब्लैक ग्रे, ठीक है, पार्टरीजिज, डोव जी इत्थे सारे देखने मिलेंगे। तो इंपोर्टेंट अपने वास्ते यही आ, ठीक है, इंपोर्टेंट यही है कि आह पै कि डिस्ट्रिक्ट गई पटियाले दे विच। हुण एक चीज़ का याद रखियो, पटियाले दे विच आपां दो कर लिया, एक मोतीबाग कर ली, एक गुरदयालपुरा कर ली, ठीक है। हुण याद करते रहियो, बाद विच सारियां आपां कंपाइल करके लिख देवांगे। अगे हैगी है बीर बुनेर हरी, बीर बुनेर हरी वाइल्डलाइफ सेंचुरी कित्थे है जी? बीर बुनेर हरी वाइल्डलाइफ सेंचुरी कित्थे है? हाँ जी, इहदा आंसर की बनता जी? मोगा, बठिंडा, पटियाला के संगरूर। इहदा आंसर भी अपने कोल की है जी? पटियाला। इहदा आंसर भी अपने कोल की है? पटियाला। तो इहदा आंसर भी पटियाला है, और यह पटियाला देवीगढ़ रोड पर पै जाता है, पटियाला देवीगढ़ रोड पर। और यह मेन जिहड़ा फेमस जिहड़ी है वाइल्डलाइफ सेंचुरी हैगी आ, इत्थे बहुत ही पुराने शीशम ते किक्कर दे ट्री है जिहड़े देखने को मिलते हैं। और अपना जिहड़ा स्टेट ट्री है वह हैगा जी शीशम। स्टेट ट्री अपना किहड़ा हैगा जी? शीशम, काली टाली जिन्हों आप कह दें, ठीक है। तो शीशम का जोड़ा दरख्त है वो अपना स्टेट ट्री है, और यह इस करके इंपोर्टेंट है। तो हूँ इतने बुनेर बुनेर हरी इतने शीशम जोड़ा अपना की स्टेट ट्री है जोड़ा वो इतने पाया जाता है। क्लीयर? अच्छा, गुरदयालपुरा तो तुम्हें पता नहीं है फेमस है? ओके ओके, चलो कोई गल नहीं। तो वाइल्डलाइफ सेंचुरी यह कोई 6 किलोमीटर स्केयर की जी वाइल्डलाइफ सेंचुरी है। क्लीयर? आ अपनिया दो हो गई, हूँ याद रखियो पटियाले दियां 3 कर लिया, पटियाले दियां 3 वाइल्डलाइफ सेंचुरीज कर लिया, मोतीबाग की, बनेरहरी की, गुरदयालपुरा की। क्लीयर? अगले क्वेश्चन से चलते हैं। बीर महास वाइल्डलाइफ सेंचुरी, बीर महास वाइल्डलाइफ सेंचुरी। हूँ देखो ये आप देखिए, नाभा, बठिंडा, पटियाला, संगरूर आ अपने को ऑप्शन है। पहला आंसर तुम देना, फिर आंसर मैं दूंगा। जशन, जशन कुमार जी, ओके ओके जशन कुमार। देखो इतने बच्चे काफ़ी जड़े कन्फ्यूज हो गए, गलती कर गए ने। हुण इहदे दस देना, बीर महास हैगी डिस्ट्रिक्ट पटियाले दे विच आ। हुण पटियाले दे विच अगे टाउन किहड़े दे विच पै जांदी है? नाभे दे विच पै जांदी है, इस करके इहदा आंसर अपने कोल नाभा है। जे नाभा इत्थे ना दिता हुंदा फिर तुसीं पटियाला मार्क करदे, जे नाभा ना दिता हुंदा फिर तुसीं पटियाला मार्क करदे। क्लीयर? आंसर इत्थे नाभा आऊगा, ना कि पटियाला। वैरी गुड। हुण इहनूं आपां देखदे हां, बीर महस, ठीक है, महस आह जिहड़ा हैगा पिंड तो जिद्दां गुरदयालपुरा, वी गुरदयालपुरा जगह दे नाम तो जिहड़ी वाइल्डलाइफ सेंचुरी बनाई जांदी आ, इह नाभा दे बिल्कुल लागे ही आ। आपां इहनूं नाभा टाउन दे विच जिहड़ा नाभा मलेरकोटला रोड ते पै जांदा, इहनूं नाभा तहसील दे विच इह पैंदी आ। इह जे आपां डिस्ट्रिक्ट की गल करिए पटियाले दे विच पै गई, ठीक है। जे आपां तहसील की गल करिए नाभे दे विच पै गई। हुण ऑप्शन जदों आई अपने कोल पटियाला ते नाभा आई, तो आपां नाभा जिहड़ी ज़्यादा एक्यूरेटली जिहड़ी टिक करांगे। हाँ, पटियाले च सब तो ज़्यादा ने, ठीक है, पटियाले च सब तो ज़्यादा ने। इहदा आंसर अपने कोल की आ गया? दैट इज़ नाभा। क्लीयर? इस चीज़ का तुसीं ख्याल रखना, दैट्स इट, और कुछ नहीं हैगा इहदे विच। क्लीयर? चलो जी, अगे आ गई अपने कोल बीर दोसांझ वाइल्डलाइफ सेंचुरी। बीर दोसांझ वाइल्डलाइफ सेंचुरी, ऑप्शन अपने कोल मोगा, बठिंडा, पटियाला, संगरूर आ। हाँ जी, की आंसर आऊगा जी? इत्थे की आंसर आजूगा? बीर दोसांझ, बीर दोसांझ, बीर महास पटियाले दे विच आ, बीर दोसांझ दा जिहड़ा आंसर दे दो जी। हाँ जी, जशन गुरी खन्ना, स्टूडियो आर के, जिहड़े बाकी मूक दर्शक ने जिहड़े कमेंट नहीं करदे, ओह कोई आंसर देना चाहे तो आपां नूं आंसर दे सकदे ने।
वेरी गुड। तो बीर दोसांझ जी वाइल्ड लाइफ सेंचुरी है, कुछ बच्चों का आंसर आ गया, सी ऑप्शन आंसर आ गया, वेरी गुड। तो यह जी वाइल्ड लाइफ सेंचुरी अपनी ये भी कितने पै जाती है, ये नाभे टाउन के ही पै जाती है, यानी डिस्ट्रिक्ट पटियाला पैगी। तो हूँ इनू आप एक चीज़ यदि समझ लीए कि इतने अपने को नाभा नहीं लिखा सगा जिदे करके आप टिक की लगया पटियाला, हूँ समझ लगी कहानी। जे आप नाभे की गल करिए टिपिकली जी नाभे तहसील के पैंती है एक महस पिंड, एक दोसांझ जिहड़ा जगह का नाम है, आ दोवां दे विच जिहड़ी वाइल्ड लाइफ सेंचुरी है दोवें नाभे दे विच पैंदी है। कहन नूं तां पटियाले दे विच आ, डिस्ट्रिक्ट पटियाले दे विच पैंदियां ने, जिहड़ियां कि प्रोपरली पटियाले दे विच पैंदियां ने, जिहड़ियां कि प्रोपरली पटियाले दे विच पैंदियां ने। उह अपने कोल किहड़ी आ गई, एक तां मोती बाग तुहानूं मैं करवाई आ, ठीक है, एक बुनेरहरी करवाई है, एक गुरदयालपुरा, ठीक है, तीन ते दो पांच, पांच वाइल्ड लाइफ सेंचुरीज जिहड़ियां तुहानूं मैं पटियाले दसियां ने वो सारियां जिहड़ियां इंपोर्टेंट ने। तो मैक्सीमम जिहड़ियां तुहानूं पटियाले देखण नूं मिलणगियां, ठीक है। हुण पटियाले की कहानी हो गई अपनी खत्म, अगे कहानी शुरू करते हैं। अगे आ वेयर इज बीर बदसों, ठीक है, बदसों वाइल्ड लाइफ सेंचुरी कित्थे आ, हाँ बीर दोसांझ जिहड़ी वह भी नाभा, बट नाभा ऑप्शन च नहीं सीगा, तो फिर कित्थे टिक करांगे, पटियाले, ठीक है। तो अगला क्वेश्चन अपने कोल हैगा वेयर इज बीर बदसों वाइल्ड लाइफ सेंचुरी इज लोकेटेड, बीर बदसों कित्थे आ जी, हाँ जी आंसर कर दो जी, वीर बदसों, वीर बदसों भी जिहड़ी टोटल मतलब हाँ टोटल छे आ पटियाले दे विच, वीर बदसों जिहड़ी वह भी कित्थे पै जांदी है पटियाले दे विच। तो कहन दा मतलब है वीर बदसों जिहड़ी है वह भी कित्थे पै जांदी है पटियाले दे विच, तो पटियाले यानी एक्चुअली यह भी नाभे दे विच ही पै जांदी है, ठीक है, यह भी नाभे दे विच पै जांदी है। तीन तुहानूं नाभे दे विच मिल गईयां, तीन तुहानूं टिपिकली पटियाला दे प्रोपरली पटियाला दे विच मिल गईयां, तो टोटल पटियाला दे विच तुहानूं छे वाइल्ड लाइफ सेंचुरीज मिल गईयां, पटियाला दे विच छे वाइल्ड लाइफ सेंचुरी मिल गई, जिदे विचों तीन नाभे दे विच ते तीन पटियाले दे विच, तीन नाभे दे विच ते तीन पटियाले दे विच। नाभे च कीड़ी है जी महास, ठीक है, दोसांझ, दोसांझ ते जिहड़ी हुण आपां कीती है दैट इज़ बदसों, ठीक है, बदसों आ तीन अपनियां नाभे दे विच पै गईयां, नाभा ही पटियाले दे विच भी पै जांदा। उहदे बाद मोती बाग, ठीक है, बुनेरहरी, उहदे बाद गुरदयालपुरा, आह जिहड़ियां पटियाले दे विच पै गईयां, ठीक है। टोटल छे जी वाइल्ड लाइफ सेंचुरी आप याद रखनी, तीन नाभा तीन पटियाला। आई होप तुहानू याद हो गई होंगे, जो बच्चों नू हले तक कोई वाइल्ड लाइफ सेंचुरीज याद नहीं हुई उन्हां दी गल कर रहे हैं। एक चीज़ मैं तुहानू क्लीयर कर देवां, बरसों जी जी भी वाइल्ड लाइफ सेंचुरी हमेशा जगह के नाम तो होंगी, जिमें कि आह नाभा तो आप गोबिंदगढ़ नू जाइए तो रस्ते आह जी बदसों आ जी जगह आती है और जिते यह वाइल्ड लाइफ सेंचुरी है, ठीक है। अगले क्वेश्चन से चलते हैं, अगला अपने को क्वेश्चन है, अगला अपना अपने को क्वेश्चन है बीर अश्विन, ओहो क्वेश्चन कितने रह गया यार, ओहो अज फिर अगला अपने को आ गया बीर अश्विन वाइल्ड लाइफ सेंचुरी वेयर इट इज लोकेटेड, बीर अश्विन वाइल्ड लाइफ सेंचुरी कितने जी, अश्विन, हाँ जी आ जिहड़ा जिहड़ा जशन कुमार जिहड़ा तुसीं गुरदयालपुरा दस रहे हो यह पटियाले दे विच पैंदा, जिहड़ा तुसीं गुरदया जिहड़ी मैं वाइल्ड लाइफ सेंचुरी गुरदयालपुरा दी गल करदा वह पटियाले दे विच पैंदा, ठीक है। देखो इहनू याद किस तरह करांगे, अश्विन, ठीक है, इहनू ऐश तो भी याद कर लोंगे, ऐश्वर्या राय तो, मतलब उहनू की बड़ी संग आउंदी है, संग मतलब बड़ी शर्म आउंदी है अपने घर वाले अगे, जानी अभिषेक बचन अगे बड़ी उन्होंने संग आती है, तो इस तरह इनू करके याद कर लो तो आंसर की आ जाएगा ऐशवन तो, ऐशवन तो आंसर की बन जूगा संगरूर, इस चीज़ का याद रखना, ट्रिक दे नाल चीज़ों याद कर लो। तो ट्रिक ये आपां कड़ी यूज़ कर ली, ऐश, ऐश मतलब ऐश्वर्या, ऐश्वर्या राय नू बड़ी की आती है संग आती है, तो आंसर की बन गया संगरूर। सो नाम के लागे ये जी वाइल्ड लाइफ सेंचुरी पै जाती है। चलो जी थोड़ा जहाँ मैं दस दिना तुहानू, सोइया रोड, सोइया रोड पर पै जाती है संगरूर के ही पै जाती है, नोट सुनाम, नोट सुनाम, ओके ठीक है। तो ये यही चीज़ अपने वास्ते इंपोर्टेंट है, क्लीयर, ओके। तो आप ट्रिक है जी हमेशा नाल याद रखनी है, जो ट्रिक आप याद नहीं करते फिर अपना क्वेश्चन गलत होंगे। अबोहर वाइल्ड लाइफ सेंचुरी बहुत ही ज़्यादा इंपोर्टेंट आ, बहुत ही ज़्यादा इंपोर्टेंट है, इंपोर्टेंट क्यों है, क्योंकि अपना जो स्टेट एनीमल आ ब्लैक बक, ब्लैक बक जड़ा आ स्टेट एनीमल है,
ਇਹ ਅਬੋਹਰ ਵਾਈਲਡਲਾਈਫ ਸੈਂਚਰੀ ਦੇ ਵਿੱਚ ਜਿਹੜਾ ਇਹ ਪਾਇਆ ਜਾਂਦਾ, ਅਬੋਹਰ ਵਾਈਲਡਲਾਈਫ ਸੈਂਚਰੀ ਦੇ ਵਿੱਚ ਪਾਇਆ ਜਾਂਦਾ। ਔਰ ਅਬੋਹਰ ਪੈ ਕਿੱਥੇ ਗਿਆ ਜੀ? ਅਬੋਹਰ ਕਿੱਥੇ ਪੈ ਗਿਆ ਜੀ? ਫਾਜ਼ਿਲਕਾ ਦੇ ਵਿੱਚ, ਫਾਜ਼ਿਲਕਾ ਦੇ ਵਿੱਚ ਪੈ ਗਿਆ। ਇਸ ਕੋਈ ਟ੍ਰਿਕ ਬਣਾਉਣ ਦੀ ਜ਼ਰੂਰਤ ਹੀ ਨਹੀਂ ਹੈਗੀ। ਤੋ ਇੱਥੇ ਆਂਸਰ ਕੀ ਆ ਜਾਏਗਾ? ਨਨ ਆਪਣਾ ਆਂਸਰ ਆ ਜਾਊਗਾ। ਸਮਝ ਲੱਗ ਗਿਆ ਜੀ? ਕਿਸੇ ਨੂੰ ਕੋਈ ਡਾਊਟ ਹੋਵੇ ਇਹਦੇ ਵਿੱਚ? ਕਲੀਅਰ? ਅੱਗੇ ਚਲੀਏ ਫਿਰ, ਗਾਹਾਂ ਚਲੀਏ ਜੀ। ਚਲੋ ਅਗਲੇ ਕੁਸ਼ਚਨ 'ਤੇ ਚੱਲਦੇ ਹਾਂ। ਅਤੇ ਅਬੋਹਰ, ਇੱਥੇ ਫਾਜ਼ਿਲਕਾ ਨਹੀਂ ਆਊਗਾ, ਡਿਸਟ੍ਰਿਕਟ ਫਿਰੋਜ਼ਪੁਰ ਨਹੀਂ ਆਏਗਾ, ਫਾਜ਼ਿਲਕਾ ਆਜੂਗਾ। ਠੀਕ ਹੈ, ਅਬੋਹਰ ਜਿਹੜਾ ਫਾਜ਼ਿਲਕਾ 'ਚ ਚੱਲ ਗਿਆ ਹੋਇਆ। ਕਲੀਅਰ? ਚਲੋ ਜੀ। ਅੱਛਾ, ਅਬੋਹਰ ਦੀ ਮੈਂ ਇੱਕ ਗੱਲ ਕਰਨੀ ਸੀ। ਆਪਾਂ ਕੀਤਾ ਕਿ 13 ਆਪਣੇ ਕੋਲ ਵਾਈਲਡਲਾਈਫ ਸੈਂਚਰੀਆਂ, ਦੇਖੋ 12 ਜਿਹੜੀਆਂ ਹੈਗੀਆਂ, 12 ਪਲੱਸ 1 ਕਰ ਦੇਣ ਨੂੰ, ਕਿਉਂ? ਆਹ ਇੱਕ ਜਿਹੜੀ ਹੈਗੀ ਹੈ ਪ੍ਰਾਈਵੇਟ ਓਨਡ ਆ, ਆਹ ਜਿਹੜੀ ਜਿਹੜੇ ਪਿੰਡ ਵਾਲੇ ਲੋਕ ਹੈਗੇ ਆ ਨਾ, ਉਹਨਾਂ ਨੇ 13 ਪਿੰਡ ਜਿਹੜੇ ਮਿਲ ਕੇ ਉਹਨਾਂ ਨੇ ਇਹਨੂੰ ਜਿਹੜੀ ਵਾਈਲਡਲਾਈਫ ਸੈਂਚਰੀ ਬਣਾਇਆ ਹੋਇਆ। ਠੀਕ ਹੈ, ਇਹ ਪ੍ਰਾਈਵੇਟ ਓਨਡ ਆ, ਉਹ ਹੈਗੀ ਅਬੋਹਰ ਵਾਲੀ, ਉਹ ਹੈਗੀ ਅਬੋਹਰ ਵਾਲੀ। ਆਹ ਜਿਹੜੀ ਸੈਂਚਰੀ ਹੈਗੀ ਹੈ ਪ੍ਰਾਈਵੇਟ ਔਰ ਕਮਿਊਨਿਟੀ ਓਨਡ, 13 ਬਿਸ਼ਨੋਈ ਪਿੰਡ ਹੈਗੇ ਨੇ, ਇਹਨਾਂ ਨੇ ਮਿਲ ਕਰਕੇ ਇਸ ਅਬੋਹਰ ਵਾਈਲਡਲਾਈਫ ਸੈਂਚਰੀ ਨੂੰ ਜਿਹੜਾ ਪ੍ਰੋਟੈਕਟ ਕੀਤਾ, ਯਾਨੀ ਕਿ ਇਹ ਉੱਥੇ ਆਪਣਾ ਕੰਮ ਕਰਦੇ ਨੇ। ਠੀਕ ਹੈ, ਤੋ ਇਹਦੇ ਫੇਮਸ ਕਿਉਂ ਸੀ ਜੀ? ਬਲੈਕ ਬੱਕ ਕਰਕੇ, ਜਿਹੜਾ ਕਿ ਸਟੇਟ ਐਨੀਮਲ ਹੈ, ਔਰ ਬਲੂ ਬੁੱਲ ਵੀ ਜਿਹੜਾ ਇੱਥੇ ਪਾਇਆ ਜਾਂਦਾ। ਦੈਟਸ ਇਟ। ਕਲੀਅਰ? ਚਲੋ ਜੀ, ਅਗਲੇ ਕੁਸ਼ਚਨ 'ਤੇ ਚੱਲਦੇ ਹਾਂ ਹੁਣ ਆਪਾਂ। ਹਰੀਕੇ ਵਾਈਲਡਲਾਈਫ ਸੈਂਚਰੀ ਜਿਹੜੀ 8600 ਹੈਕਟੇਅਰ ਦੀ ਆ, ਸਭ ਤੋਂ ਵੱਡੀ ਵਾਈਲਡਲਾਈਫ ਸੈਂਚਰੀ ਹੈ ਇਹ ਹਰੀਕੇ। ਔਰ ਇਹ ਕਿੱਥੇ ਪੈ ਗਈ ਜੀ? ਹਰੀਕੇ ਜਿੱਥੇ ਕਿ ਸੰਗਮ ਹੁੰਦਾ, ਜਿੱਥੇ ਹਰੀਕੇ ਵੈਟਲੈਂਡ ਹੈ, ਯਾਨੀ ਕਿ ਤਰਨ ਤਾਰਨ ਦੇ ਵਿੱਚ ਇਹ ਪੈ ਗਈ। ਠੀਕ ਹੈ, ਤੋ 8600 ਹੈਕਟੇਅਰ, ਲਗਭਗ ਆਈ ਥਿੰਕ 86 ਕਿਲੋਮੀਟਰ ਸਕੇਅਰ ਜਿਹੜਾ ਇਹ ਏਰੀਆ ਬਣ ਜਾਂਦਾ। ਕਲੀਅਰ? ਤੋ ਇਹ ਤਰਨ ਤਾਰਨ ਦੇ ਵਿੱਚ ਪੈ ਗਈ। ਤੋ ਜਦੋਂ ਆਪਾਂ ਕੋਟ ਇੰਸਾ ਖਾਂ ਹਰੀਕੇ, ਠੀਕ ਹੈ, ਤੋ ਇਹਨਾਂ ਬਸ ਇਹਦੇ ਵਿੱਚ ਇਹੀ ਹੈ ਕਿ ਇਹ ਤਰਨ ਤਾਰਨ ਦੇ ਵਿੱਚ ਪੈ ਗਈ। ਤੋ ਜੇ ਆਪਾਂ ਹੁਣ ਇਹਦੀ ਗੱਲ ਕਰੀਏ ਕਿ ਆਹ ਜਿਹੜੀ ਵਾਈਲਡਲਾਈਫ ਸੈਂਚਰੀ ਇੰਨੀ ਕੁ ਵੱਡੀ ਆ ਕਿ ਇਹ ਕੁਛ ਏਰੀਆ ਫਿਰੋਜ਼ਪੁਰ ਦਾ, ਕੁਛ ਤਰਨ ਤਾਰਨ ਦਾ, ਕੁਛ ਕਪੂਰਥਲਾ, ਇਹਦੇ ਜਿਹੜੇ ਏਰੀਏ ਦੇ ਵਿੱਚ ਇਹ ਇੰਕਲੂਡ ਕੀਤੇ ਜਾਂਦੇ ਨੇ। ਠੀਕ ਹੈ, ਤੋ ਪ੍ਰੋਪਰਲੀ ਤਰਨ ਤਾਰਨ ਦੇ ਵਿੱਚ ਪੈ ਗਈ। ਦੈਟਸ ਇਟ। ਠੀਕ, ਛੋਟੀ ਨਹੀਂ ਹੈਗੀ, ਕਾਫੀ ਵੱਡੀ ਆ, ਪੰਜਾਬ ਦੀ ਸਾਰਿਆਂ ਨਾਲੋਂ ਵੱਡੀ ਜਿਹੜੀ ਵਾਈਲਡਲਾਈਫ ਸੈਂਚਰੀ ਆ ਉਹ ਇਹੀ ਆ। ਤਖਨੀ ਰਹਿਮਾਪੁਰ ਵਾਈਲਡਲਾਈਫ ਸੈਂਚਰੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਠੀਕ ਹੈ, ਆਪਸ਼ਨ ਦੇ ਵਿੱਚ ਇੱਕ ਨਨ ਵੀ ਲਿਖ ਲਿਓ ਜੀ, ਇੱਕ ਨਨ ਆਪਸ਼ਨ ਇਹਦੇ ਵਿੱਚ ਪਾ ਲਿਓ। ਠੀਕ ਹੈ, ਇੱਕ ਆਪਸ਼ਨ ਨਨ ਜਿਹੜੀ ਹੈ ਇਹਦੇ ਵਿੱਚ ਐਡ ਕਰ ਲਿਓ ਜਲਦੀ। ਆਂਸਰ ਕਰਨਾ ਤਖਨੀ ਰਹਿਮਾਪੁਰ ਵਾਈਲਡਲਾਈਫ ਸੈਂਚਰੀ ਕਿੱਥੇ ਹੈ? ਤਖਨੀ ਰਹਿਮਾਪੁਰ ਵਾਈਲਡਲਾਈਫ ਸੈਂਚਰੀ ਕਿੱਥੇ ਹੈ? ਆਪਸ਼ਨ ਨਨ ਪਾ ਲਿਓ, ਕਿਉਂ? ਕਿਉਂਕਿ ਆਂਸਰ ਹੀ ਨਨ ਹੈ। ਇਹਦਾ ਆਂਸਰ ਕੀ ਹੈ? ਦੇਖੋ, ਜਿਹੜੇ ਹੁਸ਼ਿਆਰ ਬੱਚੇ ਹੁੰਦੇ ਆ ਨਾ, ਜਿਹੜੇ ਬੱਚੇ ਹੁਸ਼ਿਆਰ ਹੁੰਦੇ ਨੇ, ਠੀਕ ਹੈ, ਜਿਹੜੇ ਬੱਚੇ ਹੁਸ਼ਿਆਰ ਹੁੰਦੇ ਨੇ ਉਹ ਹੁਸ਼ਿਆਰਪੁਰ ਦੇ ਵਿੱਚ ਰਹਿੰਦੇ ਨੇ, ਔਰ ਜਿਹੜੇ ਬੱਚੇ ਹੁਸ਼ਿਆਰ ਹੁੰਦੇ ਆ ਨਾ ਉਹ ਅੰਦਰੋਂ ਬੜੇ ਨਾ ਕਈ ਸੋਫਟ ਹਾਰਟਿਡ ਹੁੰਦੇ ਨੇ ਹੁਸ਼ਿਆਰ ਬੱਚੇ, ਹੈ ਨਾ, ਮਤਲਬ ਜ਼ਿਆਦਾ ਹੀ ਹੁਸ਼ਿਆਰ ਹੋ ਗਏ, ਜ਼ਿਆਦਾ ਹੀ ਕੁਛ ਰਹਿਮ ਲੋਕਾਂ 'ਤੇ ਬਹੁਤ ਜ਼ਿਆਦਾ ਕਰ ਜਾਂਦੇ ਨੇ। ਤੋ ਹੁਸ਼ਿਆਰ ਬੱਚੇ ਰਹਿਮਾਂ ਦੇ ਭਰੇ ਹੁੰਦੇ ਨੇ, ਇਸ ਕਰਕੇ ਇਹ ਪੈ ਗਈ ਰਹਿਮਾਪੁਰ, ਤਖਨੀ ਰਹਿਮਾਪੁਰ। ਇੱਦਾਂ ਕਹਿ ਸਕਦੇ ਹਾਂ ਹੁਸ਼ਿਆਰ ਬੱਚਿਆਂ ਦੀ ਜਿਹੜੀ ਤਖਨੀ ਹੈ ਨਾ ਉਹ ਬੜੀ ਰਹਿਮ ਭਰੀ ਹੁੰਦੀ ਆ, ਉਹ ਬੜੀ ਰਹਿਮ ਭਰੀ ਹੁੰਦੀ ਆ। ਇਸ ਕਰਕੇ ਇਹਦੀ ਟ੍ਰਿਕ ਹੈ ਜਿਹੜੀ ਮੈਂ ਤੁਹਾਨੂੰ ਦੱਸ ਦਿੱਤੀ, ਹੁਸ਼ਿਆਰ ਬੱਚਿਆਂ ਦੀ ਜਿਹੜੀ ਤਖਨੀ ਆ ਬੜੀ ਰਹਿਮ ਭਰੀ ਹੁੰਦੀ ਆ। ਤੋ ਤਖਨੀ ਰਹਿਮਾਪੁਰ ਜਿਹੜੀ ਵਾਈਲਡਲਾਈਫ ਸੈਂਚਰੀ ਜਿਹੜੀ ਕਿੱਥੇ ਪੈ ਗਈ? ਹੁਸ਼ਿਆਰਪੁਰ। ਪੇਪਰ 'ਚ ਕਦੀ ਭੁੱਲੂਗਾ ਨਹੀਂ ਹੁਣ। ਰਹਿਮ ਦਿਲ ਹੁੰਦੇ ਨੇ, ਵੈਰੀ ਗੁੱਡ, ਜਿਸ ਤਰ੍ਹਾਂ ਮਰਜ਼ੀ ਯਾਦ ਕਰ ਲਓ, ਆਪਾਂ ਤਾਂ ਟ੍ਰਿਕ ਨਾਲ ਤੁਹਾਨੂੰ ਚੀਜ਼ ਰਟਾਉਣੀ ਸੀ ਉਹ ਰਟਾਤੀ। ਠੀਕ ਹੈ, ਹੁਸ਼ਿਆਰਪੁਰ ਦੇ ਵਿੱਚ ਪੈ ਜਾਂਦੀ ਹੈ, ਔਰ ਕੋਈ 3.5 ਕਿਲੋਮੀਟਰ ਸਕੇਅਰ ਦੀ ਜਿਹੜੀ ਇਹ ਵਾਈਲਡਲਾਈਫ ਸੈਂਚਰੀ ਹੈ। ਦੈਟਸ ਇਟ, ਇਹਦੇ ਵਿੱਚ ਹੋਰ ਕੁਛ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਚਲੋ ਜੀ, ਅਤੇ ਚੀਤੇ ਚਾਤੇ ਪੈਥਨ ਵਗੈਰਾ ਵੀ ਦੇਖੇ ਜਾਂਦੇ ਨੇ। ਚਲੋ ਅਗਲੇ ਕੁਸ਼ਚਨ 'ਤੇ ਚੱਲਦੇ ਹਾਂ। ਅਗਲਾ ਕੁਸ਼ਚਨ ਹੈਗਾ ਜੱਜਰ ਬਚੋਲੀ ਵਾਈਲਡਲਾਈਫ ਸੈਂਚਰੀ। ਜੱਜਰ ਬਚੋਲੀ ਵਾਈਲਡਲਾਈਫ ਸੈਂਚਰੀ ਕਿੱਥੇ ਹੈ? ਯਾਰ ਆਪਸ਼ਨਸ ਨੂੰ ਕੀ ਹੋ ਗਿਆ, ਇੱਕ ਨਨ ਆਪਸ਼ਨ ਕਿੱਥੇ ਰਹਿ ਗਈ? ਤੋ ਜਲਦੀ ਆਂਸਰ ਕਰ ਦੇਣਾ ਫਿਰ। ਹਾਂਜੀ, ਤੋ ਵੇਅਰ ਇਜ਼ ਜੱਜਰ ਬਚੋਲੀ ਵਾਈਲਡਲਾਈਫ ਸੈਂਚਰੀ? ਜੱਜਰ ਬਚੋਲੀ ਵਾਈਲਡਲਾਈਫ ਸੈਂਚਰੀ ਕਿੱਥੇ ਆ? ਜਲਦੀ, ਤੁਹਾਡੇ ਸਾਰਿਆਂ ਦੇ ਕਮੈਂਟ ਮੈਂ ਦੇਖ ਰਿਹਾ ਕਿਹੜਾ ਆਂਸਰ ਸਭ ਤੋਂ ਪਹਿਲਾਂ ਦਊਗਾ। ਠੀਕ ਹੈ, ਕਿਹੜਾ ਆਂਸਰ ਸਭ ਤੋਂ ਪਹਿਲਾਂ ਦਊਗਾ?
ਭੁਪਿੰਦਰ ਕੌਰ, ਮੈਂ ਰਹਿਮ ਦਿਲਾਂ ਜੀ ਸੱਚੀ। ਅੱਛਾ ਵਾਹ ਜੀ ਵਾਹ, ਨਨ ਆਂਸਰ ਆ ਗਿਆ। ਠੀਕ ਹੈ, ਨਨ ਆਂਸਰ ਆ ਗਿਆ। ਹੁਣ ਇਹ ਦੱਸ ਦਿਓ, ਜਿਹੜੇ ਬੱਚੇ ਦਾ ਨਨ ਆਂਸਰ ਆਇਆ, ਐਗਜੈਕਟਲੀ ਹੈ ਕਿੱਥੇ ਆ? ਹਾਂਜੀ, ਨਨ ਨਨ ਤਾਂ ਆ ਗਿਆ, ਆਂਸਰ ਤਾਂ ਦੱਸ ਦਿਓ ਹੁਣ, ਆਂਸਰ ਕੀ ਹੋਊਗਾ? ਯੂ ਆਰ ਵੈਰੀ ਕਲੋਜ਼ ਦਵਿੰਦਰ ਪਾਲ। ਠੀਕ ਹੈ, ਇਹ ਪੈ ਜਾਂਦਾ ਜੀ ਡਿਸਟ੍ਰਿਕਟ ਰੋਪੜ ਦੇ ਵਿੱਚ। ਠੀਕ ਹੈ, ਅਨੰਦਪੁਰ ਸਾਹਿਬ ਔਰ ਡਿਸਟ੍ਰਿਕਟ ਪੈ ਜਾਂਦੀ ਹੈ ਰੋਪੜ। ਠੀਕ ਹੈ, ਅਨੰਦਪੁਰ ਸਾਹਿਬ ਦੇ ਵਿੱਚ ਪੈਂਦੀ ਹੈ ਔਰ ਡਿਸਟ੍ਰਿਕਟ ਪੈ ਜਾਂਦੀ ਹੈ ਰੋਪੜ। ਕਲੀਅਰ? ਤਾਂ ਡਿਸਟ੍ਰਿਕਟ ਰੋਪੜ ਦੇ ਵਿੱਚ ਇਹ ਵਾਈਲਡ ਲਾਈਫ ਸੈਂਚਰੀ ਹੈਗੀ ਹੈ, ਨਾਮ ਕੀ ਹੈਗਾ? ਦੈਟ ਇਜ਼ ਝੱਜਰ ਵਿਚੋਲੀ ਵਾਈਲਡ ਲਾਈਫ ਸੈਂਚਰੀ। ਉੱਥੇ ਤਾਂ ਪਿੰਡ ਹੈ ਝੱਜਰ, ਜਿਹੜਾ ਕਿ ਜਿੱਥੇ ਇਹ ਵਾਈਲਡ ਲਾਈਫ ਸੈਂਚਰੀ ਹੈ। ਥੋੜ੍ਹਾ ਜਿਹਾ ਇਹਨੂੰ ਆਪਾਂ ਯਾਦ ਕਰਨ ਦੀ ਟ੍ਰਿਕ ਹੈ ਜਿਹੜੀ, ਉਹ ਤੁਹਾਨੂੰ ਮੈਂ ਦੱਸ ਦਿੰਦਾ। ਰੋਪੜ ਨੂੰ ਕਿਆ ਕੀ ਕਹਿੰਦੇ ਆ? ਰੂਪਨਗਰ, ਰੂਪਨਗਰ। ਅਤੇ ਰੂਪਨਗਰ ਔਰ ਜਿਹੜੇ ਜਿਹਨਾਂ ਨੂੰ ਜਿਹਨਾਂ ਦਾ ਸੋਹਣਾ ਰੂਪ ਹੁੰਦਾ, ਉਹਨਾਂ ਨੂੰ ਸੋਹਣੇ ਕੱਪੜੇ ਜਿਹੜੇ ਜੱਚਦੇ ਵੀ ਬਹੁਤ ਆ। ਠੀਕ ਹੈ, ਇਸ ਕਰਕੇ ਝੱਜਰ ਇੱਥੋਂ ਤੋਂ ਆਪਾਂ ਥੋੜ੍ਹਾ ਜਿਹੀ ਇੱਕ ਲਿੰਕ ਜਿਹਾ ਬਣਾ ਲੈਣਾ ਕਿ ਕਦੀ ਭੁੱਲੇ ਨਾ। ਠੀਕ ਹੈ, ਜੇ ਕਿਸੇ ਕੋਲ ਕੋਈ ਹੋਰ ਟ੍ਰਿਕ ਹੋਏ ਤਾਂ ਉਹ ਵੀ ਦੱਸ ਸਕਦਾ। ਠੀਕ ਹੈ, ਤਾਂ ਝੱਜਰ ਕਿਹੜੀ ਸੀ? ਝੱਜਰ ਵਿਚੋਲੀ। ਝੱਜਰ ਵਿਚੋਲੀ ਜਿਹੜੀ ਆ ਉਹ ਕਿੱਥੇ ਪੈ ਜਾਂਦੀ ਹੈ? ਰੋਪੜ ਦੇ ਵਿੱਚ। ਰੋਪੜ ਦੇ ਵਿੱਚ ਜੇ ਜਗ੍ਹਾ ਐਗਜੈਕਟਲੀ ਪੁੱਛੀ ਜਾਏ ਤਾਂ ਫਿਰ ਕਿੱਥੇ ਆਜੂਗੀ ਜੀ? ਅਨੰਦਪੁਰ ਸਾਹਿਬ। ਅਗਲੇ ਕੁਸ਼ਚਨ 'ਤੇ ਚੱਲਦੇ ਹਾਂ। ਕਥਲੋਰ, ਕਥਲੋਰ, ਕਥਲੋਰ ਕੁਸ਼ਲੀਆਂ ਵਾਈਲਡ ਲਾਈਫ ਸੈਂਚਰੀ ਕਿੱਥੇ ਪੈ ਜਾਂਦੀ ਹੈ ਜੀ? ਔਰ ਇਹ ਪੈ ਜਾਂਦੀ ਹੈ ਜੀ ਕਿੱਥੇ? ਨਨ। ਨਨ ਦਾ ਮਤਲਬ ਕੀ ਹੋ ਗਿਆ? ਕਿ ਇਹ ਵਾਈਲਡ ਲਾਈਫ ਸੈਂਚਰੀ ਪੈ ਜੂਗੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਠੀਕ ਹੈ, ਇਹ ਪੈ ਜੂਗੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਪਰ ਹੁਣ ਤਾਂ ਗੁਰਦਾਸਪੁਰ ਜ਼ਿਲ੍ਹਾ ਮਤਲਬ ਗੁਰਦਾਸਪੁਰ ਦੇ ਵਿੱਚ ਨਹੀਂ ਆਉਂਦੀ, ਹੁਣ ਇਹ ਚੱਲ ਜੂਗੀ ਤੁਹਾਡੀ ਤਹਿਸੀਲ ਪਠਾਨਕੋਟ ਦੇ ਵਿੱਚ। ਤਹਿਸੀਲ ਪਠਾਨਕੋਟ ਨਹੀਂ, ਹੁਣ ਤਾਂ ਡਿਸਟ੍ਰਿਕਟ ਪਠਾਨਕੋਟ ਹੋ ਗਈ, ਮੈਂ ਵੀ ਕੀ ਬੋਲੀ ਜਾ ਰਿਹਾ। ਠੀਕ ਹੈ, ਅਤੇ ਹੁਣ ਇਹ ਡਿਸਟ੍ਰਿਕਟ ਪਠਾਨਕੋਟ ਜਿਹੜੀ ਕਿ ਪਹਿਲਾਂ ਤਹਿਸੀਲ ਸੀਗੀ, 2010 ਦੇ ਵਿੱਚ ਇਹਨੂੰ ਡਿਸਟ੍ਰਿਕਟ ਜਿਹੜਾ ਕਰਾਰ ਕਰ ਦਿੱਤਾ ਗਿਆ ਸੀਗਾ। ਠੀਕ ਹੈ, ਤਾਂ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਪੈ ਗਈ ਇਹ ਵਾਈਲਡ ਲਾਈਫ ਸੈਂਚਰੀ। ਠੀਕ ਹੈ, ਡਿਸਟ੍ਰਿਕਟ ਪਠਾਨ। ਠੀਕ ਹੈ, ਤਾਂ ਪਠਾਨ ਇਹਨੂੰ ਯਾਦ ਕਿੱਦਾਂ ਰੱਖਾਂਗੇ? ਜਿਹੜੇ ਪਠਾਨ ਹੁੰਦੇ ਆ ਉੱਚੇ ਕੱਦ ਕਾਠ ਦੇ ਹੁੰਦੇ ਆ, ਤਾਂ ਕਥਲੋਰ ਇਸ ਤਰ੍ਹਾਂ ਕਰਕੇ ਯਾਦ ਰੱਖ ਲਿਓ ਕਦੀ ਵੀ। ਗੁਰਦਾਸਪੁਰ ਦੇਖੋ, ਇਹ ਤਹਿਸੀਲ ਪਠਾਨਕੋਟ ਪਹਿਲਾਂ ਜਦੋਂ ਗੁਰਦਾਸਪੁਰ ਤਹਿਸੀਲ ਨਹੀਂ ਸੀਗੀ, ਸੋਰੀ, ਜਦੋਂ ਪਠਾਨਕੋਟ ਡਿਸਟ੍ਰਿਕਟ ਨਹੀਂ ਸੀਗੀ, ਜਦੋਂ ਤਹਿਸੀਲ ਸੀਗੀ ਉਦੋਂ ਆਪਾਂ ਕਹਿੰਦੇ ਸੀ ਜੀ ਗੁਰਦਾਸਪੁਰ ਦੇ ਵਿੱਚ ਆ, ਬਟ ਹੁਣ ਜਿਹੜੀ ਆ ਕਥਲੋਰ ਜਿਹੜਾ ਇਹ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਪੈ ਜਾਂਦਾ। ਕਲੀਅਰ? ਅੰਮ੍ਰਿਤਸਰ ਜੰਮੂ ਹਾਈਵੇ 'ਤੇ ਇਹ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਪੈ ਗਿਆ, ਤਾਂ ਤਹਿਸੀਲ ਨਹੀਂ ਆ, ਹੁਣ ਇਹ ਡਿਸਟ੍ਰਿਕਟ ਪਠਾਨਕੋਟ ਆ। ਆਨਸਰ ਆਪਣਾ ਪਠਾਨਕੋਟ ਆਊਗਾ, ਇਸ ਚੀਜ਼ ਨੂੰ ਤੁਸੀਂ ਸਹੀ ਮਾਰਕ ਕਰ ਲੈਣਾ, ਦੈਟਸ ਇਟ। ਇਹਦੇ ਵਿੱਚ ਹੋਰ ਕੁਛ ਨਹੀਂ ਆ, ਅੰਮ੍ਰਿਤਸਰ ਜੰਮੂ ਹਾਈਵੇ ਦੇ ਉੱਤੇ ਹੀ ਇਹ ਵਾਈਲਡ ਲਾਈਫ ਸੈਂਚੁਰੀ ਆ। ਕਲੀਅਰ? ਕਲੀਅਰ, ਓਕੇ। ਅਗਲੇ ਕੁਸ਼ਚਨ 'ਤੇ ਚੱਲਦੇ ਹਾਂ। ਨੰਗਲ ਵਾਈਲਡ ਲਾਈਫ ਸੈਂਚੁਰੀ, ਨੰਗਲ ਕਿੱਥੇ ਪੈ ਗਿਆ ਜੀ? ਜਿੱਥੋਂ ਦੀ ਤੁਹਾਡੇ ਗਗਨਦੀਪ ਸਰ ਹੈ ਔਰ ਮੈਂ ਪਠਾਨਕੋਟ ਤੋਂ ਹਾਂ, ਗਗਨਦੀਪ ਸਰ ਨੰਗਲ ਤੋਂ ਹੈ, ਤਾਂ ਯਾਨੀ ਸਾਡੇ ਦੋਵਾਂ ਦੇ ਘਰ ਦੇ ਵਿੱਚ ਇੱਕ ਇੱਕ ਵਾਈਲਡ ਲਾਈਫ ਸੈਂਚੁਰੀ ਹੈਗੀ ਆ, ਘਰ ਦੇ ਵਿੱਚ ਨਹੀਂ ਮਤਲਬ ਸਾਡੇ ਸ਼ਹਿਰ ਦੇ ਵਿੱਚ। ਠੀਕ ਹੈ, ਤਾਂ ਵਾਈਲਡ ਲਾਈਫ ਸੈਂਚੁਰੀ, ਨੰਗਲ ਵਾਈਲਡ ਲਾਈਫ ਸੈਂਚੁਰੀ ਕਿੱਥੇ ਪੈ ਗਈ ਜੀ? ਰੋਪੜ ਦੇ ਵਿੱਚ। ਠੀਕ ਹੈ, ਤਾਂ ਆਈ ਥਿੰਕ ਇਹ ਕੁਛ ਸੇਵ ਨਹੀਂ ਹੋਇਆ, ਜਿਹਦੇ ਕਰਕੇ ਆਪਸ਼ਨਸ ਦੇ ਵਿੱਚ ਥੋੜ੍ਹੀ ਗੜਬੜਾਹਟ ਹੋ ਗਈ ਆ। ਤਾਂ ਇਹ ਕਿੱਥੇ ਪੈ ਗਈ ਜੀ? ਰੋਪੜ ਜ਼ਿਲ੍ਹੇ ਦੇ ਵਿੱਚ ਪੈ ਗਿਆ ਨੰਗਲ, ਔਰ ਨੰਗਲ ਦੇ ਵਿੱਚ ਪੈ ਗਈ ਵਾਈਲਡ ਲਾਈਫ ਸੈਂਚੁਰੀ, ਔਰ ਨੰਗਲ ਡੈਮ ਹੈ ਜਿਹੜਾ ਉਹ ਸਤਲੁਜ 'ਤੇ ਪੈ ਜਾਂਦਾ ਆ, ਸਤਲੁਜ 'ਤੇ ਪੈ ਜਾਂਦਾ। ਔਰ ਜਿਹੜੀਆਂ 6 ਵੈਟਲੈਂਡਸ ਹੈਗੇ ਨੇ, ਜਿਹੜੇ 6 ਵੈਟਲੈਂਡਸ ਜਿਨ੍ਹਾਂ ਨੂੰ ਆਪਾਂ ਰਾਮਸਰ ਸਾਈਟਸ ਕਹਿ ਦਿੰਦੇ ਹਾਂ, ਉਹਦੇ ਵਿੱਚ ਨਵੀਂ ਜਿਹੜੀ ਸਾਈਟ ਹੈ ਉਹ ਨੰਗਲ ਜਿਹੜੀ ਕਰਾਰ ਕਰ ਦਿੱਤੀ ਗਈ ਆ। ਟੋਟਲ 3 ਬਣੀਆਂ ਸੀ, ਜਿਨ੍ਹਾਂ ਵਿੱਚੋਂ ਨੰਗਲ 1 ਆ। ਠੀਕ ਹੈ, ਨੰਗਲ ਵੈਟਲੈਂਡ ਇਹ ਰਾਮਸਰ ਸਾਈਟ ਬਣ ਗਿਆ, ਕੱਲ੍ਹ ਆਪਾਂ ਇਹਨੂੰ ਕਵਰ ਕੀਤਾ ਸੀ। ਨਹੀਂ, ਐਨੀਮਲ ਹੀ ਸਪੈਸ਼ਲ, ਸਿਰਫ ਤੁਸੀਂ ਇੱਕ ਬਲੈਕ ਬੱਕ ਯਾਦ ਕਰ ਰਹੇ, ਇੱਕ ਜਿਹੜਾ ਸ਼ੀਸ਼ਮ ਟ੍ਰੀ ਯਾਦ ਕੀਤਾ ਸੀ, ਇੱਕ ਉਹ ਚੀਜ਼ ਯਾਦ ਕਰਨੀ ਹੈ, ਬਾਕੀ ਐਨੀਮਲ ਸਪੈਸ਼ਲ ਜਿਹੜਾ ਉਹ ਯਾਦ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿ ਉੱਥੇ ਜੀ ਕੋਬਰਾ ਮਿਲਦਾ, ਇੱਥੇ ਪੈਥਨ ਮਿਲਦਾ, ਠੀਕ ਆ, ਲਿਓਪਾਰਡ ਮਿਲਦਾ, ਇਹ ਚੀਜ਼ਾਂ ਕਰਨ ਦੀ ਜ਼ਰੂਰਤ ਨਹੀਂ ਹੈਗੀ। ਲੈਪਰਡ ਮਿਲਦਾ, ਇਹ ਮਿਲਦਾ, ਉਹ ਨਹੀਂ। ਠੀਕ ਹੈ, ਸਿਰਫ ਤੁਸੀਂ ਯਾਦ ਉਹ ਕਰ ਲਈਓ ਜਿੱਥੋਂ ਦੀ ਬੋਹਰ ਵਾਲੀ ਜਿਹੜੀ ਜ਼ਿਆਦਾ ਧਿਆਨ ਦੇ ਵਿੱਚ ਰੱਖਣੀ ਹੈ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਕਮਿਊਨਿਟੀ ਰਿਜ਼ਰਵਸ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਕਮਿਊਨਿਟੀ ਰਿਜ਼ਰਵਸ ਦੀ। ਇੱਕ ਆਪਣੇ ਕੋਲ ਕਮਿਊਨਿਟੀ ਰਿਜ਼ਰਵ ਹੁੰਦੇ ਨੇ, ਇੱਕ ਆਪਣੇ ਕੋਲ ਕੰਜ਼ਰਵੇਸ਼ਨ ਰਿਜ਼ਰਵ ਹੁੰਦੇ ਨੇ, ਕਮਿਊਨਿਟੀ ਰਿਜ਼ਰਵ ਐਂਡ ਕੰਜ਼ਰਵੇਸ਼ਨ ਰਿਜ਼ਰਵ। ਠੀਕ ਹੈ, ਕੰਜ਼ਰਵੇਸ਼ਨ ਰਿਜ਼ਰਵ,
ਦੋਵਾਂ ਦੇ ਵਿੱਚ ਫਰਕ ਹੈ ਕੀ ਹੁੰਦਾ ਉਹਦੀ ਆਪਾਂ ਗੱਲ ਕਰਾਂਗੇ। ਕਮਿਊਨਿਟੀ ਰਿਜ਼ਰਵ ਕਿਸੇ ਕਮਿਊਨਿਟੀ ਯਾਨੀ ਪਿੰਡ ਦੇ ਕੁਝ ਲੋਕਾਂ ਦੇ ਦੁਆਰਾ ਕਿਸੇ ਕਮਿਊਨਿਟੀ ਦੇ ਦੁਆਰਾ ਰਨ ਕੀਤੀ ਜਾਂਦੀ ਹੈ, ਕਿਸੇ ਕਮਿਊਨਿਟੀ ਦੇ ਦੁਆਰਾ ਰਨ ਕੀਤੀ ਜਾਂਦੀ ਹੈ। ਰੀਜ਼ਨ ਰਨ ਕਰਨ ਦਾ ਕੀ ਆ ਕਿ ਕਿਸੇ ਪੰਚਾਇਤ ਜਾਂ ਕਮਿਊਨਿਟੀ ਦੇ ਦੁਆਰਾ ਰਨ ਕੀਤੀ ਜਾਂਦੀ ਹੈ। ਰੀਜ਼ਨ ਰਨ ਕਰਨ ਦਾ ਕੀ ਆ ਕਿ ਜਿਹੜੇ ਉੱਥੋਂ ਦੀ ਸਪੀਸੀਜ਼ ਹੈਗੀਆਂ ਨੇ, ਉੱਥੋਂ ਦਾ ਇਨਵਾਇਰਮੈਂਟ ਹੈਗਾ ਨੇ, ਉੱਥੋਂ ਦੀ ਜਿਹੜੀ ਵਾਈਲਡ ਲਾਈਫ ਹੈਗੀ ਆ ਉਹਨੂੰ ਜਿਹੜੀ ਕਮਿਊਨਿਟੀ ਆਪਣੇ ਲੈਵਲ 'ਤੇ ਪ੍ਰੋਟੈਕਟ ਕਰੇ, ਕਮਿਊਨਿਟੀ ਆਪਣੇ ਲੈਵਲ 'ਤੇ ਪ੍ਰੋਟੈਕਟ ਕਰੇ। ਕਲੀਅਰ? ਵਾਈਲਡ ਲਾਈਫ ਸੈਂਚਰੀ ਨੂੰ ਗੌਰਮੈਂਟ ਕੀ ਸਪੋਰਟ ਕਰਦੀ ਆ? ਹਾਂ, ਵਾਈਲਡ ਲਾਈਫ ਸੈਂਚਰੀ ਨੂੰ ਗੌਰਮੈਂਟ ਜਿਹੜੀ ਸਪੋਰਟ ਹੀ ਨਹੀਂ ਕਰਦੀ, ਉਹ ਪੂਰਾ ਪ੍ਰੋਟੈਕਟਿਡ ਏਰੀਆ ਹੁੰਦਾ, ਉਹਦੇ ਵਾਸਤੇ ਸਪੈਸ਼ਲ ਇੱਕ ਐਕਟ ਬਣਿਆ ਹੋਇਆ 1972 ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ। ਕਲੀਅਰ? ਉਹਦੇ ਵਾਸਤੇ ਸਪੈਸ਼ਲ ਇੱਕ ਐਕਟ ਬਣਿਆ ਹੋਇਆ, ਔਰ ਇਹਦੇ ਵਿੱਚ ਕੀ ਆ, ਇਹ ਕਮਿਊਨਿਟੀ ਜਿਹੜੀ ਵਲੰਟੀਅਰ ਬੇਸਿਸ 'ਤੇ, ਠੀਕ ਹੈ, ਕਮਿਊਨਿਟੀ ਜਿਹੜੀ ਵਲੰਟੀਅਰ ਬੇਸਿਸ 'ਤੇ ਵਾਈਲਡ ਲਾਈਫ ਨੂੰ ਕੰਜ਼ਰਵ ਕਰਦੀ ਹੈ, ਵਾਈਲਡ ਲਾਈਫ ਨੂੰ ਕੰਜ਼ਰਵ ਕੀਤਾ ਜਾਂਦਾ ਕਮਿਊਨਿਟੀ ਦੇ ਦੁਆਰਾ। ਠੀਕ ਹੈ, ਠੀਕ ਹੈ, ਮੈਂ ਜੀ ਐਨੀਮਲ ਦੀ ਗੱਲ ਕੀਤੀ ਸੀਗੀ, ਬਲੈਕ ਬਕ। ਕਲੀਅਰ? ਅੱਜ ਹੀ ਸਮਝ ਲੱਗ ਗਈ ਕਮਿਊਨਿਟੀ ਰਿਜ਼ਰਵ। ਹੁਣ ਆਪਣੇ ਕੋਲ ਕਿਹੜੇ ਕਿਹੜੇ ਕਮਿਊਨਿਟੀ ਰਿਜ਼ਰਵ ਨੇ, ਇਸ ਚੀਜ਼ 'ਤੇ ਆਉਂਦੇ ਹਾਂ। ਠੀਕ ਹੈ, ਤੋ ਇੱਕ ਆਪਣੇ ਕੋਲ ਪੈਂਦਾ, ਦੈਟ ਇਜ਼ ਲਲਵਾਂ। ਠੀਕ ਹੈ, ਲਲਵਾਂ ਕਮਿਊਨਿਟੀ ਰਿਜ਼ਰਵ ਜਿਹੜਾ ਕਿ ਡਿਸਟ੍ਰਿਕਟ ਹੁਸ਼ਿਆਰਪੁਰ ਗੜਸ਼ੰਕਰ ਦੇ ਵਿੱਚ ਇਹ ਪੈ ਜਾਂਦਾ, ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਪੈ ਜਾਂਦਾ, ਕਾਫੀ ਵੱਡਾ ਹੈਗਾ, ਔਰ ਇਹ ਲਲਵਾਂ ਪੰਚਾਇਤ ਜਿਹੜੀ ਉਹੀ ਇਹਨੂੰ ਚਲਾਉਂਦੀ ਹੈ। ਔਰ ਇਹ ਜਿਹੜੇ ਰਿਜ਼ਰਵ ਹੈਗੇ ਆ, ਇਹ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ 1900 ਦੇ ਅੰਡਰ ਕੰਮ ਕਰਦੇ ਨੇ, ਔਰ ਇਹ ਜਿਹੜੇ ਪੰਚਾਇਤ ਜਿਹੜੀਆਂ ਹੈਗੀਆਂ ਸੈਕਸ਼ਨ 4 ਅਤੇ 5 ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ ਉਹਦੇ ਅੰਦਰ 1900 ਦੇ ਅੰਡਰ ਕੰਮ ਕੀਤਾ ਜਾਂਦਾ ਕਮਿਊਨਿਟੀ ਰਿਜ਼ਰਵ। ਕਮਿਊਨਿਟੀ ਸਮਝ ਲੱਗ ਗਿਆ, ਕਮਿਊਨਿਟੀ ਰਿਜ਼ਰਵ ਨੂੰ ਚਲਾਉਣ ਵਾਲਾ, ਉਹਦੀ ਸੰਭਾਲ ਕਰਨ ਵਾਲਾ ਵਲੰਟੀਅਰ ਬੇਸਿਸ 'ਤੇ ਪੰਚਾਇਤ ਜਾਂ ਕਿਸੇ ਕਮਿਊਨਿਟੀ ਦੇ ਦੁਆਰਾ ਕੀਤਾ ਜਾਂਦਾ। ਜਦੋਂ ਪਿੰਡ ਦੀ ਪੰਚਾਇਤ ਜਾਂ ਕੋਈ ਕਮਿਊਨਿਟੀ ਕਰਦੀ ਆ ਉਹਨੂੰ ਆਪਾਂ ਕਹਿ ਦਿੰਦੇ ਹਾਂ ਦੈਟ ਇਜ਼ ਕਮਿਊਨਿਟੀ ਰਿਜ਼ਰਵ। ਇੱਕ ਹੈ ਲਲਵਾਨ ਜਿਹੜਾ ਕਿ ਹੁਸ਼ਿਆਰਪੁਰ ਦੇ ਵਿੱਚ ਪੈ ਗਿਆ, ਦੂਸਰਾ ਹੈਗਾ ਕੇਸ਼ਵਪੁਰ ਛੰਭ, ਕੇਸ਼ਵਪੁਰ ਛੰਭ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਪੈ ਗਿਆ, ਕੇਸ਼ਵਪੁਰ ਛੰਭ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਪੈ ਗਿਆ। ਇਹ ਦੋਨੋਂ ਜਿਹੜੇ ਹੈਗੇ ਨੇ ਕਮਿਊਨਿਟੀ ਰਿਜ਼ਰਵ ਨੇ। ਕੇਸ਼ਵਪੁਰ ਛੰਭ ਦੀ ਗੱਲ ਕਰੀਏ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਛੰਭ ਏਰੀਆ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਇੱਥੇ ਮਾਈਗ੍ਰੇਟਰੀ ਬਰਡਸ ਜਿਹੜੇ ਉਹ ਸੈਂਟਰਲ ਏਸ਼ੀਆ ਤੋਂ ਸਰਬੀਆ ਤੋਂ ਸਰਦੀਆਂ ਦੇ ਵਿੱਚ ਮਾਈਗ੍ਰੇਟਰੀ ਬਰਡਸ ਜਿਹੜੇ ਇੱਥੇ ਆਉਂਦੇ, ਅਤੇ ਇਹਦੇ ਨਾਲ ਨਾਲ ਹਰੀਕੇ ਪਤਨ ਜਿਹੜੇ ਆ ਉੱਥੇ ਵੀ ਜਿਹੜੇ ਮਾਈਗ੍ਰੇਟਰੀ ਬਰਡਸ ਜਿਹੜੇ ਦੇਖਣ ਨੂੰ ਮਿਲਦੇ ਆ। ਠੀਕ ਹੈ, ਕੇਸ਼ਵਪੁਰ ਆ ਗਈ, ਇਹ ਆ ਗਈ। ਕਲੀਅਰ? ਕਲੀਅਰ? ਚਲੋ ਜੀ ਅੱਗੇ ਚੱਲਦੇ ਹਾਂ, ਅਗਲੇ ਕੁਸ਼ਚਨ 'ਤੇ ਚੱਲਦੇ ਹਾਂ। ਅਗਲਾ ਬੜਾ ਇੰਪੋਰਟੈਂਟ, ਬੜੀ ਵਧੀਆ ਕੁਸ਼ਚਨ ਹੈ। ਠੀਕ ਹੈ, ਹੁਣ ਆਹ ਜਿਹੜੀ ਇੱਕ ਕਮਿਊਨਿਟੀ ਰਿਜ਼ਰਵ ਆ, ਠੀਕ ਹੈ, ਆਹ ਕਮਿਊਨਿਟੀ ਰਿਜ਼ਰਵ ਆ, ਨਾਮ ਹੈਗਾ ਪਾਣੀ ਵਾਲਾ ਗੁੰਮਜਲ ਹਰੀਪੁਰਾ ਦੀਵਾਨ ਖੇੜਾ ਕਮਿਊਨਿਟੀ ਰਿਜ਼ਰਵ। ਪਾਣੀ ਵਾਲਾ, ਪਾਣੀ ਤੋਂ ਯਾਦ ਰੱਖਿਓ, ਪਾਣੀ ਵਾਲਾ ਗੁੰਮਜਲ, ਜਲ ਵੀ ਆ ਗਿਆ, ਪਾਣੀ ਵੀ ਆ ਗਿਆ, ਹਰੀਪੁਰਾ ਵੀ ਆ ਗਿਆ, ਦੀਵਾਨ ਖੇੜਾ ਵੀ ਆ ਗਿਆ, ਇਹ ਕਮਿਊਨਿਟੀ ਰਿਜ਼ਰਵ ਆ ਜਿਹੜਾ ਫਾਜ਼ਿਲਕਾ ਦੇ ਵਿੱਚ ਹੈ, ਬਹੁਤ ਇੰਪੋਰਟੈਂਟ ਆ, ਬਹੁਤ ਹੀ ਇੰਪੋਰਟੈਂਟ ਆ ਫਾਜ਼ਿਲਕਾ ਦੇ ਵਿੱਚ। ਇਹੀ ਕਮਿਊਨਿਟੀ ਰਿਜ਼ਰਵ ਜਿਹੜੀ ਤੁਸੀਂ ਦੇਖਦੇ ਹੋ, ਜਿਹੜੀ ਅਬੋਹਰ ਵਾਈਲਡ ਲਾਈਫ ਸੈਂਚਰੀ ਹੈ ਜਿਹੜੀ, ਠੀਕ ਹੈ, ਉਹਦੇ ਨਾਲ ਮੈਚ ਕਰਦਾ, ਕਿਉਂਕਿ ਇਹ ਵੀ ਫਾਜ਼ਿਲਕਾ ਦੇ ਵਿੱਚ ਆ, ਅਤੇ ਉਹ ਵੀ ਜਿਹੜੀ ਹੈ ਫਾਜ਼ਿਲਕਾ ਦੇ ਵਿੱਚ ਹੈ, ਅਬੋਹਰ ਦੀ ਵਾਈਲਡ ਲਾਈਫ ਸੈਂਚਰੀ। ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ, ਪਾਣੀ ਵਾਲਾ ਕਮਿਊਨਿਟੀ ਰਿਜ਼ਰਵ, ਆਹ 3 ਹੋ ਗਏ, ਸਮਝ ਲੱਗ ਗਏ। ਆਹ ਜਿਹੜਾ ਕਮਿਊਨਿਟੀ ਰਿਜ਼ਰਵ ਹੈ, ਮੋਸਟਲੀ ਜਿਹੜਾ ਫੇਮਸ ਹੈਗਾ ਬਲੈਕ ਬਕ ਅਤੇ ਬਲੂ ਬੁੱਲ, ਆਹ ਜਿਹੜੀ ਵਾਈਲਡ ਲਾਈਫ ਸਪੀਸੀਜ਼ ਇੱਥੇ ਪਾਈ ਜਾਂਦੀਆਂ ਅਬੋਹਰ ਵਾਈਲਡ ਲਾਈਫ ਸੈਂਚਰੀ ਵਾਲਾ, ਹੈ ਨਾ। ਤੋ ਉਹਦੇ ਬਾਅਦ ਜਿਹੜੀ ਦੂਸਰੀ ਇਹਦੀ ਫੇਮਸ ਚੀਜ਼ ਹੈ, ਇੱਥੇ ਦੇ ਜਿਹੜੇ ਸਪੈਸ਼ਲ ਦਰਖਤ ਹੈਗੇ ਨੇ, ਠੀਕ ਹੈ, ਉਹਦੇ ਕਰਕੇ ਇੱਥੇ ਜ਼ਿਆਦਾ ਫੇਮਸ ਹੈ। ਕਲੀਅਰ? ਅਗਲੇ ਕੁਸ਼ਚਨ 'ਤੇ ਚੱਲਦੇ ਹਾਂ, ਅਗਲਾ ਕੁਸ਼ਚਨ ਵੀ ਕਾਫੀ ਜ਼ਿਆਦਾ ਇੰਟਰਸਟਿੰਗ ਹੈ। ਅਗਲਾ ਜਿਹੜਾ ਕਮਿਊਨਿਟੀ ਰਿਜ਼ਰਵ ਹੈਗਾ ਉਹ ਹੈਗਾ ਸਿਸਵਾਂ। ਅਗਲਾ ਕਿਹੜਾ? ਸਿਸਵਾਂ। ਸਿਸਵਾਂ ਪੈ ਜਾਂਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਹੁਣ ਕਮਿਊਨਿਟੀ ਰਿਜ਼ਰਵ ਦੀ ਆਪਾਂ ਗੱਲ ਕੀਤੀ ਹੈ, ਯਾਦ ਕਰ ਲਓ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਕਮਿਊਨਿਟੀ ਰਿਜ਼ਰਵ ਹੈਗੇ ਨੇ। ਇੱਕ ਗੁਰਦਾਸਪੁਰ ਦੇ ਵਿੱਚ ਹੈ, ਇੱਕ ਹੁਸ਼ਿਆਰਪੁਰ ਦੇ ਵਿੱਚ ਹੈ, ਠੀਕ ਹੈ, ਇੱਕ ਹੁਸ਼ਿਆਰਪੁਰ ਦੇ ਵਿੱਚ ਹੈ, ਠੀਕ ਹੈ, ਇੱਕ ਫਾਜ਼ਿਲਕਾ ਦੇ ਵਿੱਚ ਹੈ, ਓਕੇ, ਇੱਕ ਲਾਸਟ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਇੱਕ ਇੱਥੇ। ਇਹ 4 ਕਮਿਊਨਿਟੀ ਰਿਜ਼ਰਵ ਤੁਸੀਂ ਯਾਦ ਰੱਖਣੇ, ਗੁਰਦਾਸਪੁਰ ਵਾਲਾ ਕੇਸ਼ੋ ਛੰਭ ਆ ਗਿਆ, ਲਲਵਾਨ ਜਿਹੜਾ ਉਹ ਹੁਸ਼ਿਆਰਪੁਰ ਦਾ ਆ ਗਿਆ, ਫਾਜ਼ਿਲਕਾ ਦਾ ਪਾਣੀ ਵਾਲਾ ਆ ਗਿਆ, ਠੀਕ ਹੈ, ਪਾਣੀ ਜਲ ਹਰੀਪੁਰਾ, ਤੋ ਇਸ ਤਰ੍ਹਾਂ ਕਰਕੇ ਟ੍ਰਿਕ ਨਾਲ ਯਾਦ ਕਰ ਲਈਦਾ ਹੁੰਦਾ। ਤੋ ਐਸ ਐਸ ਨਗਰ ਵਾਲਾ ਜਿਹੜਾ ਆ ਗਿਆ ਉਹ ਆ ਗਿਆ ਸਿਸਵਾਂ।
ठीक है, आह अपने चार कम्यूनिटी रिजर्व ने। ठीक है, हुण आ कम्यूनिटी रिजर्व सीगे ते हुण आपां गल करदे आ दैट इज़ कंजरवेशन रिजर्व। कंजरवेशन रिजर्व दे विच की हुंदा कि जदों आपां वाइल्ड लाइफ सेंचुरीज़ नूं कनैक्ट करते हैं, ठीक है, या उहदे लागे लोकां नूं रहिण दी इजाजत दिंदे आ, बट इत्थे वाइल्ड लाइफ सेंचुरी नूं प्रोटेक्ट किया जाता है, जिहड़े कि सरकार दे द्वारा जिथे वाइल्ड लाइफ सेंचुरी नूं कंजर्व किया जाता उस चीज़ नूं आपां कह दिंदे आ दैट इज़ द कंजरवेशन रिजर्व। ठीक है, दैट इज़ द कंजरवेशन रिजर्व। कंजरवेशन रिजर्व नूं एक चीज़ समझिए कि यह एक प्रोटेक्टिड एरिया नूं, इहदा मतलब कंजरवेशन रिजर्व की करता है, यह एक प्रोटेक्टिड एरिया, ठीक है, नूं दूसरे प्रोटेक्टिड एरिए दे नाल लिंक करता है। ठीक है, वन प्रोटेक्टिड एरिया टू अनदर प्रोटेक्टिड एरिया, अनदर दे नाल लिंक करता है। और रख सराई अमानत खान कंजरवेशन रिजर्व जिहड़ा हैगा अमृतसर दे विच पैंदा है। ठीक है, यह अमृतसर दे विच पैंदा है। दैट्स इट, क्लीयर, ओके क्लीयर। चलो जी, अगला कंजरवेशन रिजर्व जिहड़ा हैगा रोपड़ वैटलैंड। आ जिहड़ा रोपड़ वैटलैंड लैंड है, यह तुहानूं पता ही है कि वैटलैंड है, और यह रामसर साइट भी आ, रामसर साइट है और कंजरवेशन रिजर्व दे विच पैंदा, और यह रोपड़ दे विच पै गया, नाम तो ही आपां नूं पता लग जांदा है। क्लीयर, ठीक है। कंजरवेशन रिजर्व किन्ने किते आपां? दो किते। और कम्यूनिटी रिजर्व आपां हुण तक किन्ने कर ले? चार कर ले। अगला कंजरवेशन रिजर्व ब्यास रिवर, तो तुसीं हुणी देखिया होएगा कि ब्यास कंजरवेशन रिजर्व है जिहड़ा, इहनूं जिहड़ा रामसर साइट का जिहड़ा दर्जा जिहड़ा उह वी दे दित्ता गया। ठीक है, तो इहदी लोकेशन की गल करिए कि यह ब्यास रिवर ते ब्यास का हैडवर्क तलवाड़े यह पै जांदा, ब्यास कंजरवेशन रिजर्व है जिहड़ा तलवाड़े पै जांदा। क्लीयर, ओके। तो किन्ने कर ले जी कंजरवेशन रिजर्व? किन्ने कर ले? तीन। कम्यूनिटी रिजर्व किन्ने कर ले? चार। याद रखियो इन चार तीन ये चीज़ां याद रखनिया। अपने को कंजरवेशन रिजर्व तीन है ने, बहुत सारिया किताबों के एक अद्धा ही लिखा होंगे, तो जे आप ब्रोडली सोचिए अपने को तीन बंद ने, क्योंकि कंजरवेशन रिजर्व तो ही रामसर साइट्स जिहड़ियां निकल करके सामने आईया ने, और इस तरह ही कम्यूनिटी रिजर्व अपने को चार है। क्लीयर सबनों? ठीक है, हुण गल करांगे छतबीड़ जू की। सिर्फ इंपोर्टेंट क्वेश्चन करांगे, ज़्यादा कुछ टू मच ज़्यादा कुछ नहीं करांगे। क्लीयर, सिर्फ आप गल करांगे। हुण जू, अपने पंजाब दे विच जी जू की गल करिए, सिर्फ एक आ जू पंजाब दे विच, एक आ जिहड़ा कि कित्थे पै गया? जीरकपुर दे विच पै गया, जीरकपुर दे विच पै गया, पंजाब दे विच जीरकपुर दे विच पै गया। ठीक है, आ जिहड़ा छतबीड़ जू आ ना, यह महाराजा पटियाले का शूटिंग, इत्थे जाके शूटिंग वगैरह करते होंदे सी, इन्होंने अपना शूटिंग रिजर्व जिहड़ा बनाया होया सीगा। अज की डेट के इतने वाइल्ड लाइफ सेंचुरी वाइल्ड लाइफ जी प्रोटेक्ट किया जाता है, और इनू छतबीड़ जू का दूसरा नाम है दैट इज़ द महिंद्रा मोहन चौधरी, दैट इज़ द महिंद्रा चौधरी जियोलॉजिकल पार्क, है ना, तुम सुनया होगा महिंद्रा चौधरी जियोलॉजिकल पार्क। यदा कई बार एग्जामिनर क्वेश्चन पूछ लेंदा कि यह नाम महिंद्रा जियोलॉजिकल पार्क क्यों है, कि महिंद्रा कोई राजा सी, या महिंद्रा कोई गवर्नर सी, या कोई चीफ मिनिस्टर सी, या की सी? तो इस करके दा आंसर तुसी याद रखना, ही वाज द गवर्नर, ही वाज द गवर्नर। ठीक है, 1977 दे विच इहे जदों गवर्नर सीगे 1977 दे विच इस जू दा जिहड़ा इनोग्रेशन कीती जांदी है 13 अप्रैल, बसाखी दे दिन, भी याद रख लियो 13 अप्रैल नूं 1977 दे विच छतबीड़ जू, जिहनूं महिंद्रा चौधरी जियोलॉजिकल पार्क दा नाम दित्ता गया, उहदा उद्घाटन कीता जांदा है। हुण स्टार दे विच जदों ये जू बनता है, तो इन्दे कोल इन्ने एनीमल्स सीगे नहीं, तो इन्होंने कई बार ये भी क्वेश्चन आता कि ये एनीमल्स कितों लैके आए। इन्होंने स्टार दे विच जदों स्टार्ट किया गुवाहाटी का जिहड़ा जू हैगा, उत्थों दी कुछ एनीमल लिया के इत्थे रखे, उहदे बाद असाम तो कुछ इंपोर्ट करवाए, मतलब कुछ ले, तो कुछ नॉर्दर्न इंडिया के जिहड़े वड्डे वड्डे जू सीगे उत्थों दी, जिहड़े जिवें कि जिम कॉर्बेट नैशनल पार्क हो गया, तो इतों की आप कुछ स्पीसीज जड़ियाँ लिया के जू जरा डिवेलप करना शुरू किया। अज की डेट के इतने लॉइन सफारी भी तुम्हें देखने को मिलती है, लॉइन सफारी जी कि इतों की बहुत फेमस है, लॉइन सफारी इतों की बहुत फेमस है, और लुधियाने की भी लॉइन सफारी जी बहुत ज़्यादा फेमस है। क्लीयर, तो यह छतबीड़ जू बारे। हम थोड़ी जी होर आप डिस्कशन करा, लोकेशन की गल करा कि यह पैंदा कितने है। एक चीज़ नूं समझ लो, छतबीड़ जू कई बार रिवर भी पूछी जा सकती है, तो रिवर घग्गर याद रखियो, रिवर घग्गर, और जिहड़ी शिवालिक हिल्स का जिहड़ा पैरां का हिस्सा है उत्थे जिहड़ा इह पैंदा है।
ठीक है, रिवर घग्गर के राइट बैंक से, और जगह तुहानू मैं दस दी जगह कि दैट इज मोहाली डिस्ट्रिक्ट पै गया जीरकपुर, जीरकपुर ठीक है, 20 किलोमीटर चंडीगढ़ तो दैट्स इट, मतलब ये सारी बाकी गल्लां एवं है जो मैं दस्या, ये चीज़ां का थोड़ा तुसीं ध्यान रखना। जिहड़ा महिंद्रा राजा ना पटियाले वाला वो वखरा है, ठीक है, महिंद्रा राजा जिहड़ा पटियाले वाला वो वखरा है। हुण आपां गल कर रहे हैं लुधियाने की टाइगर सफारी की, ठीक है, लॉयन सफारी अपनी छत भी जू आ गई, टाइगर सफारी आपां लुधियाने देखने को मिलेगी, ठीक है, उत्थे चलिए हुण आपां लुधियाने चलिए। चलो जी लुधियाने आ गई अपने को टाइगर सफारी, ठीक है, लॉयन सफारी कितने सी छतबीड़ जू, और टाइगर सफारी कितने आ गई लुधियाने। लुधियाने की जी टाइगर सफारी हैगी है वह लुधियाना जलंधर उत्ते ही रोड के उत्ते ही पैंदा है, तो यही प्रोटेक्टिड फॉरैसट के आता है, ठीक है, टाइगर सफारी। हुण इहदे विच मेन क्वेश्चन जिहड़ा हमेशा यही आता लुधियाना जू यानी कि टाइगर सफारी कि कितने है जी लुधियाना, कि लुधियाने के मतलब जे आप मैमल्स की गल करिए टाइगर करके ये ज़्यादा फेमस है, तो इतने तुम याद रखना रॉयल बेंगाल बेंगाल टाइगर, इतने रॉयल बेंगाल टाइगर आ, क्लीयर। ये सांबर डीयर होग एंड हिमालियन ब्लैक बीयर, तो यह सारिया जीज़ा है सर। एरिया नहीं याद करना, एरिया तो मैं दसिया नहीं, एरिया तो मैं जस्ट वैसे ही दस रहा कि इन्ना क्या बट एरिया वह याद रखना तुम्हें, हरी के पतन का 8600 हैक्टेयर वो याद रखने वाला है, ठीक है, और ये लुधियाना के याद रखने वाला इस जू के रॉयल बेंगाल टाइगर एक याद करने वाली चीज़ आ, बहुत ही बहुत ही इंपोर्टेंट है, ठीक है। ब्लैक बक जो कि स्टेट अपना एनीमल वो भी इतने जोड़ा मिलता, और रॉयल बेंगाल टाइगर करके ज़्यादा तद इन रॉयल बेंगाल टाइगर जो लिया तद इन टाइगर सफारी का नाम जोड़ा दिता गया, ठीक है। हूँ आप गल करते हैं जिहड़े छोटे छोटे जू आ जिहड़े कि मिनी जू बन गए, मिनी जू उन्होंने आप डीयर पार्कस भी कह सकते हैं, मिनी जू मतलब डीयर पार्क हो गए, वो हुण किहड़े किहड़े ने, बीर मोती बाग ठीक है वाइल्डलाइफ सेंचुरी की थी सी उही, ठीक है, तो जिहड़ा एक मिनी जू हैगा डीयर पार्क है वह एक पटियाले दे विच है, नाम हैगा मोती बाग, ठीक है, ये वाइल्डलाइफ सेंचुरी के नाल ही दैट्स इट, ये कुछ ज़्यादा है नहीं, ठीक है, जो आप पिछे पढ़िया ये उही चीज़ है। दूसरा हैगा बीर तालाब, बीर तालाब जिहड़ा हैगा वह हैगा बठिंडे दे विच, तालाब बठिंडे दे विच, मोती पटियाले दे विच, इस चीज़ का दोवां चीज़ां का ख्याल रखना, ठीक है, और बीर तालाब है जिहड़ा उ डीयर करके ही ज़्यादा मशहूर है, और सांबर डीयर जिहड़ा इत्थे करके ये जिहड़ा ज़्यादा फेमस है, क्लीयर। लुधियाना के जिहड़ा डीयर पार्क है वह हैगा नीलों, आ रहा जी मैं उहदे भी आ रहा नीलों पर भी आ रहा, तो लुधियाना के एक पिंड पिंड का नाम है दैट इज़ नीलों, नीलों पिंड के सरहिंद कैनल के उत्ते ठीक है समराले के लागे यह पै जाता, लुधियाना सिटी समराले के समराला कस्बा पै जाता, समराले के सरहिंद कैनल के बैंक से पै जाता नीलों, नीलों एक जगह का नाम है उत्थे पै जाता डीयर पार्क जिहड़ा कि मिनी जू आ, ठीक है। तो हूँ आप किन्ने कर ले जी, एक बीर मोती कर लिया, ठीक है, बीर तालाब कर लिया, एक मिनी जू डीयर पार्क कि कर लिया नीलों वाला, तो यह सी अपनी अज की क्लास, ठीक है, ये सी अपनी अज की क्लास। अज की क्लास तो जी हो गई खत्म, बट क्लास खत्म करन तो पहला एक लास्ट जाते जाते एक चीज़ जी मैं तुम्हें अक्सर दसदा भी रहना कि जो आप किसी चीज़ की प्रैपरेशन करते हैं अपना की होना चाहिए, एक विजन होना चाहिए, ठीक है, तो एक रेजोल्यूशन अपना 2022 का एक रेजोल्यूशन बनाओ, एक विजन बनाओ कि जदों भी जिहड़ी भी जॉब निकलती आ जिहड़ी भी वैकेंसी निकलती आ उहदे विच तुसीं टॉप करना है। और इहनां दस दिंदा आ जिहड़ा तुसीं देख रहे नौकरियां का की है स्कोप, तो मैं कहांगा 100% आ स्कोप, 100% आ स्कोप, तुहानूं इत्थे इहदे विच नौकरी मिलेगी मिलेगी, तुसीं अपनी प्रैपरेशन है जिहड़ी उहनूं नहीं छड्डना, ये अगर सोच लिया कि जदों निकलेगी प्रैपरेशन उदों करांगे, जदों निकलदी आ उदों प्रैपरेशन करन लगदे आ, ते उदों रेस दे विच जिहड़े पुराने घोड़े आ ना जिहड़े डेली दौड़ लगा जांदे आ वह तुहाडे तों बहुत अग्गे निकल गए हुंदे आ, फिर जा करके तुहाडा उत्थे मैरिट च नाम नहीं आंदा, जिस करके तुहाडा पेपर रह जांदा, जिस करके तुहाडी मैरिट नहीं बनदी, बाद विच जॉब नहीं मिलदी, तो इहो जिहियां चीज़ां जिहड़ियां उह जिहड़े पुराने घोड़े आ ना जिहड़े दौड़ रहे उहनां नाल मिल जाओ, तुसीं उन्हां दी रेस दे विच शामिल हो जाओ, उन्होंने क्लीयर करना नाल ही नाल तुसीं भी करना, ठीक है। तो प्रैपरेशन करो,
2022 ਦੇ ਵਿੱਚ ਵੈਕੈਂਸੀ ਜਿਹੜੀਆਂ ਆਊਟ ਹੋਣਗੀਆਂ, ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਕੋਈ ਵੀ ਪੈਕ ਤੁਸੀਂ ਲੈਣਾ ਚਾਹੁੰਦੇ ਹੋ Y354 ਦਾ ਹਮੇਸ਼ਾ ਤੁਸੀਂ ਕੋਡ ਜਿਹੜਾ ਯੂਜ਼ ਕਰਨਾ ਉਹਦੇ ਨਾਲ ਜਿਹੜਾ 78% ਦੀ ਤੁਹਾਨੂੰ ਔਫ ਮਿਲ ਜਾਂਦੀ ਹੈ ਕਿਸੇ ਵੀ ਚੀਜ਼ ਦੀ ਪ੍ਰੈਪਰੇਸ਼ਨ ਤੁਸੀਂ ਕਰ ਦਿਓ। ਤੋ ਇਹ ਸੀਗੀ ਆਪਣੀ ਅੱਜ ਦੀ ਕਲਾਸ। ਤੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਬਾਏ ਬਾਏ ਟੂ ਆਲ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ। ਤੋ ਬਹੁਤ ਬਹੁਤ ਪਿਆਰ ਤੁਹਾਨੂੰ ਸਾਰਿਆਂ ਨੂੰ। ਥੈਂਕ ਯੂ ਜੀ, ਥੈਂਕ ਯੂ, ਥੈਂਕਸ, ਥੈਂਕ ਯੂ ਸੰਨੀ, ਖੰਨਾ ਬੋਇਜ਼, ਦਵਿੰਦਰ, ਜਸ਼ਨ, ਭੁਪਿੰਦਰ, ਰਣਜੀਤ, ਨਿਸ਼ੂ, ਠੀਕ ਹੈ, ਗੁਰੀ, ਵਿੱਕੀ ਸ਼ਰਮਾ, ਜਿਹੜੇ ਵੀ ਬੱਚਿਆਂ ਨੇ ਕਲਾਸ ਲਗਾਈ ਹੈ, ਨਿਸ਼ੂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।